ਯਾਰੀ ਦਰਸ਼ਕੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਜਸਵੰਦਰ ਸਿੰਘ ਨਿਹਾਲ ਸਿੰਘ ਵਾਲਾ ਅਗਲੀ ਵੀਡੀਓ ਜਿਹੜੀ ਤੁਹਾਡੇ ਦਰਮਿਆਨ ਆ ਪਹਿਲਾਂ ਵਾਲੀ ਵੀਡੀਓ ਤੁਸੀਂ ਦੇਖ ਸਕਦੇ ਆ ਅੱਜ ਵਾਲੀ ਵੀਡੀਓ ਤੋਂ ਬਿਨਾ ਤਿੰਨ ਵੀਡੀਓ ਜਿਹੜੀਆਂ ਹੈਗੀਆਂ ਅਸੀਂ ਤੋਂ ਹੋਰ ਇਹਦੇ ਵਿੱਚ ਸ਼ਾਮਿਲ ਕਰਨੀਆਂ ਹੈਗੀਆਂ ਔਰ ਤਿੰਨਾਂ ਨੂੰ ਹੈਗਾ ਪ੍ਰੋਪਰ ਬੱਚਿਆਂ ਨੇ 20 ਜਨਵਰੀ ਦਾ ਜਿਹੜਾ ਹੈਗਾ ਤੁਹਾਡਾ ਟੈਸਟ ਉਸ ਤੋਂ ਪਹਿਲਾਂ ਪਹਿਲਾਂ ਦੇਖ ਕੇ ਪ੍ਰੈਪਰੇਸ਼ਨ ਕਰਕੇ ਪੂਰੇ ਜਿਹੜੇ ਵੀ ਸਵਾਲ ਅਸੀਂ ਇਹਦੇ ਵਿੱਚ ਕਰਾ ਰਹੇ ਆ ਇਹਨਾਂ ਨੂੰ ਧਿਆਨ ਦੇ ਨਾਲ ਕਰ ਲੈਣਾ ਇਹਨਾਂ ਚੋਂ ਪੇਪਰ ਆ ਜਾਣਾਗਾ ਅਗਲੀ ਗੱਲ ਸਾਨੂੰ ਇੱਕ ਬੱਚੇ ਦਾ ਕਮੈਂਟ ਆਇਆ ਸੀਗਾ ਵੀ ਮਿਸ਼ਰਤ ਧਨ ਜਿਹੜਾ ਹੈਗਾ ਉਹਦੇ ਬਾਰੇ ਸਵਾਲ ਆ ਜਿਹੜੇ ਹੈਗੇ ਅਸੀਂ ਦੱਸ ਦਈਏ ਵੀ ਮਿਸ਼ਰਤ ਧਨ ਵਾਲਾ ਜਿਹੜਾ ਹੈਗਾ ਉਹ ਸਵਾਲ ਇਸ ਚੈਪਟਰ ਦੇ ਵਿੱਚ ਆਪਾਂ ਨੂੰ ਨਹੀਂ ਆਉਣਾਗਾ ਸਵਾਲ ਉਹ ਇਸ ਕਰਕੇ ਉਹ ਉਹਦੇ ਉੱਤੇ ਟਾਈਮ ਆਪਾਂ ਨਾ ਖਰਾਬ ਕਰੀਏ ਸਧਾਰਨ ਵਿਆਜ ਤੱਕ ਦਾ ਤੁਹਾਡਾ ਹੈਗਾ ਸਲੀਪਸ ਦੇ ਵਿੱਚ ਆ ਜਿਹੜਾ ਹੈਗਾ ਉਹ ਆਊਗਾ ਉਹਦੇ ਚੋਂ ਇਸ ਕਰਕੇ ਸਧਾਰਨ ਵਿਆਜ ਵਾਲੇ ਸਵਾਲ ਆ ਜਿਹੜੇ ਆਪਾਂ ਕਰਦੇ ਹੁੰਦੇ ਆ ਸੋ ਅਗਲਾ ਬਿਨਾਂ ਦੇਰੀ ਕੀਤੇ ਕਿਉਂਕਿ ਟਾਈਮ ਆ ਜਿਹੜਾ ਹੈਗਾ ਆਪਣੇ ਕੋਲੇ ਬਹੁਤ ਘੱਟ ਰਹਿ ਗਿਆ ਤੇ ਇਹ ਵੀਡੀਓ ਵੀ ਲੰਮੀ ਨਾ ਹੋਵੇ ਇਸ ਕਰਕੇ ਅਸੀਂ ਕੋਸ਼ਿਸ਼ ਕਰਦੇ ਆ ਵੀ ਅੱਜ ਆਪਾਂ ਜਲਦੀ ਤੋਂ ਜਲਦੀ ਜਿਹੜਾ ਹੈਗਾ ਅਗਲਾ ਸੈਟ ਆ ਸ਼ੁਰੂ ਕਰੀਏ ਉਹ ਉਸ ਤੋਂ ਪਹਿਲਾਂ ਬੇਨਤੀ ਕਰਾਂਗੇ ਕਿ ਜਿਨ੍ਹਾਂ ਨੇ ਹਾਲੇ ਤੱਕ ਦਾ ਟੀਚਰਸ ਟੀਵੀ ਸਾਡਾ YouTube ਚੈਨਲ ਆ ਜਿਹੜਾ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਜਲਦੀ ਤੋਂ ਜਲਦੀ ਇਹਨੂੰ ਸਬਸਕ੍ਰਾਈਬ ਕਰ ਲੋ ਔਰ ਵੱਧ ਤੋਂ ਵੱਧ ਬੱਚੇ ਜਿਨ੍ਹਾਂ ਨੇ ਨਮੂਦਿਆ ਦਾ ਟੈਸਟ ਆ ਜਿਹੜਾ ਦੇਣਾਗਾ ਜਿਹੜਾ ਬੇਸਿਕ ਮੈਥ ਵੀ ਕਰਨਾ ਚਾਹੁੰਦੇ ਆ ਉਹ ਸਾਡੇ ਇਸ ਚੈਨਲ ਦੇ ਉੱਤੇ YouTube ਦੇ ਉੱਤੇ ਵੀਡੀਓ ਜਿਹੜੀ ਹੈਗੇ ਮੈਥ ਦੀਆਂ ਦੇਖ ਸਕਦੇ ਆ ਬੇਸਿਕ ਮੈਥ ਤੋਂ ਸ਼ੁਰੂਆਤ ਆ ਜਿਹੜੀ ਇਹ ਤੁਸੀਂ ਅਸੀਂ ਕਰ ਰਹੇ ਆਂ ਸੋ ਅੱਗੇ ਚੱਲਦੇ ਹਾਂ ਜੀ ਬਿਨਾਂ ਦੇਰੀ ਕੀਤੇ ਅਗਲੀ ਵੀਡੀਓ ਲੈ ਕੇ ਤੁਹਾਡੇ ਦਰਮਿਆਨ ਆ ਸ਼ੁਰੂ ਕਰਦੇ ਆਪਾਂ ਪਹਿਲਾ ਕੁਐਸਚਨ ਹੈ ਇਹਦੇ ਵਿੱਚ ਇਹ ਇਹਦੇ ਵਿੱਚ ਇਹ ਦਿੱਤਾ ਹੋਇਆ ਇਹ ਸੈੱਟ ਹੈਗਾ B ਹੈ ਜੀ B ਸੈੱਟ ਹੈ ਜਿਹੜਾ ਅਸੀਂ ਕਰ ਰਹੇ ਹਾਂ ਅੱਜ ਇਹ ਇਹ ਸੈੱਟ ਦੂਸਰਾ ਹੋ ਗਿਆ ਸਾਡੇ ਕੋਲੇ N ਤੇ M ਹੈ ਜਿਹੜਾ ਪਹਿਲਾਂ ਕਰ ਚੁੱਕੇ ਆਪਾਂ ਸੋ ਇਹਦੇ ਵਿੱਚ ਉਹਨੇ ਦਸ਼ਮਲਵਾਂ ਵਾਲੀ ਸੰਖਿਆ ਇੱਕ ਦਿੱਤੀ ਵੀ ਆ 3.003 15 ਤੇ 0.0 ਅ 1 2 3 ਜਮਾ ਇਹ ਸੌਖਾ ਹੀ ਆ ਸਰਲ ਦਸ਼ਮਲਵ ਦੀ ਗੁਣਾ ਜੋੜ ਘਟਾਓ ਆ ਜਿਹੜੀ ਹੈਗੀ ਆ ਉਹ ਦੱਸੀ ਵੀ ਆ ਮੈਨੂੰ ਨਹੀਂ ਲੱਗਦਾ ਇਸ ਤੇ ਭਰਉਣ ਦੀ ਕੋਈ ਜ਼ਰੂਰਤ ਆ ਸਾਰੇ ਬੱਚੇ ਇਹਦੇ ਨਾਲ ਕਰ ਸਕਦੇ ਆ ਮੈਂ ਇੱਕ ਵਾਰੀ ਮੈਂ ਰਕਮ ਪਾ ਦੇਣਾ ਤੇ ਤੁਸੀਂ ਆਪਦੇ ਆਪ ਇਹਨਾਂ ਨੇ ਸਾਰੇ ਬੱਚਿਆਂ ਨੇ ਇਹਨੂੰ ਹੱਲ ਕਰਨਾ ਹੈ ਰਕਮ ਹੈ ਆਪਣੇ ਕੋਲੇ 3.00 3 15 ਗੁਣਾ ਕਰਨੀਆਂ 15 ਨਾਲ ਅੱਗੇ ਆ ਜੀ ਆਪਣੇ ਕੋਲੇ ਪਲੱਸ +0. 0123 ਜਿਹੜਾ ਹੈਗਾ ਇਹਦੂੰ ਆ +5 ਠੀਕ ਹੈ ਜੀ .00 2575 ਠੀਕ ਹੈ ਜੀ ਸਭ ਤੋਂ ਪਹਿਲਾਂ ਬੋਡਮਾਸ ਦਾ ਤੇ ਫਾਰਮੂਲਾ ਲੱਗੂਗਾ ਬ੍ਰੈਕਟ ਹੈ ਨਹੀਂ ਇਹਦੇ ਵਿੱਚ ਫਿਰ ਭਾਗ ਦੇਖਾਂਗੇ ਭਾਗ ਵੀ ਦੀ ਨਿਸ਼ਾਨੀ ਕੋਈ ਇਹ ਨਹੀਂ ਆ ਗੁਣਾ ਵਾਲਾ ਜਿਹੜਾ ਹੈਗਾ ਇਹਨੂੰ ਹੱਲ ਕਰ ਲਾਂਗੇ ਕਿਉਂਕਿ ਤੁਹਾਨੂੰ ਦੱਸਿਆ ਹੋਇਆ ਵੀ ਦਸ਼ਮਲਵ ਜਦੋਂ ਗੁਣਾ ਕਰਦੇ ਹਾਂ ਦਸ਼ਮਲਵਾਂ ਦੀ ਉਦੋਂ ਅਸੀਂ ਦਸ਼ਮਲਵ ਗਿਣਦੇ ਹੁੰਨੇ ਆ ਇਹਨੂੰ ਜਦੋਂ 15 ਦੇ ਨਾਲ ਗੁਣਾ ਕਰਾਂਗੇ ਆਪਾਂ ਉਸ ਸਮੇਂ ਅਸੀਂ ਕੀ ਕਰਾਂਗੇ ਆ ਤਸ਼ਮਲਵ ਤਿੰਨ ਅੰਕ ਛੱਟ ਕੇ ਲੱਗਿਆ ਹੋਇਆ ਇਹਦੇ ਵਿੱਚ ਕੋਈ ਅੰਕ ਛੱਟ ਕੇ ਦਸ਼ਮਲਵ ਨਹੀਂ ਲੱਗਿਆ ਹੋਇਆ ਇਸ ਕਰਕੇ ਇਹਦੇ ਵਿੱਚ ਜਿਹੜਾ ਗੁਣਾ ਦਾ ਗੁਣਾ ਕਰਨ ਤੋਂ ਬਾਅਦ ਜਿਹੜਾ ਉੱਤਰ ਆਊਗਾ ਉਹਦੇ ਵਿੱਚ ਅਸੀਂ ਤਿੰਨ ਅੰਕ ਛੱਟ ਕੇ ਦਸ਼ਮਲਵ ਲਾ ਦਾਂਗੇ ਬਾਕੀ ਜੋੜ ਆ ਜੋੜ ਤਾਂ ਜਿਵੇਂ ਤੁਹਾਨੂੰ ਦੱਸਿਆ ਵੀ ਦਸ਼ਮਲਵ ਥੱਲੇ ਦਸ਼ਮਲਵ ਰੱਖ ਕੇ ਦੂਜੇ ਪਾਸੇ ਜਿਹੜੇ ਹੈਗੇ ਤੁਸੀਂ ਉਸ ਤਰੀਕੇ ਦੇ ਨਾਲ ਇਹਨੂੰ ਜੋੜਾ ਦਾ ਉਹ ਕਰ ਸਕਦੇ ਹੁੰਦੇ ਆ ਹੱਲ ਕਰਦੇ ਆ ਜੀ ਆਪਾਂ ਜਿਵੇਂ ਇਹਨੂੰ ਕਰਦੇ ਆ ਆਪਾਂ ਇਹਨੂੰ ਦਸ਼ਮਲਵ ਨੂੰ ਚੱਕਦੇ ਹੋ ਵਿੱਚੋਂ 3 0 0 3 15 ਨਾਲ ਕਰਨੀ ਆ 15 ਨਾਲ ਕਰਦੇ ਆ ਆਪਾਂ 15 30 45 ਠੀਕ ਹੈ ਜੀ 45 ਦੇ 45 ਲੱਗ ਗਏ ਕਿਉਂਕਿ 0 ਆਗਾ ਵੀ 0 ਦੇ ਨਾਲ 15 ਦੇ ਚਾਰ ਹਸਲ ਜਿਹੜੇ ਆ ਇਸੇ ਚੁੜ ਕੇ 15 0 ਦਾ 0 ਤੇ 15 30 45 45005 ਆ ਗਿਆ ਇਹ ਹੁਣ ਇਹਦੇ ਦੇਖੋ ਇੱਥੇ ਤਿੰਨ ਅੰਕ ਛੱਡ ਕੇ ਪੁਆਇੰਟ ਲੱਗਿਆ ਹੋਇਆ ਇੱਥੇ ਕੋਈ ਅੰਕ ਨਹੀਂ ਇਹਦਾ ਮਤਲਬ ਤਿੰਨ ਜਮਾ 0 ਬਰਾਬਰ ਕਿੰਨਾ ਆ ਗਿਆ ਤਿੰਨ ਤਿੰਨ ਅੰਕ ਛੱਡ ਕੇ ਪੁਆਇੰਟ ਜਿਹੜਾ ਹੈ ਆਪਾਂ ਲਾ ਦਾਂਗੇ 45.045 ਬਣ ਗਿਆ ਇਹ ਅੱਗੇ ਆ ਗਿਆ 0.0123 ਜਮਾ ਆਪਣੇ ਕੋਲੇ ਰਹਿ ਗਿਆ 5.002575 ਠੀਕ ਹੈ ਜੀ ਆਪਾਂ 45.045 ਨੂੰ ਲਿਖਾਂਗੇ ਅੱਜ ਜਦੋਂ ਸੰਖਿਆ ਲਿਖਣੀ ਆ ਧਿਆਨ ਰੱਖਿਓ ਇਸ ਗੱਲ ਦਾ ਦਸ਼ਮਲਵ ਥੱਲੇ ਦਸ਼ਮਲਵ ਲੱਗਣਾ ਜਿਹੜੇ ਜਿਹੜੇ ਪੂਰਨ ਸੰਖਿਆ ਭਾਗ ਆ ਉਹ ਪੂਰਨ ਸੰਖਿਆ ਭਾਗ ਥੱਲੇ ਜਿਹੜੇ ਦਸ਼ਮਲਵ ਸੰਖਿਆ ਭਾਗ ਆ ਦਸ਼ਮਲਵ ਸੰਖਿਆ ਭਾਗ ਥੱਲੇ ਜਾਣੇ ਆ ਉਹ ਦਸ਼ਮਲਵ ਪਹਿਲਾਂ ਲਾਉਣਾ ਤੇ ਇਹਦੇ ਮੂਰੇ 0 ਆ ਜੀ ਅੱਗੇ 0 ਤੋਂ ਪੁਆਇੰਟ ਦਸ਼ਮਲਵ ਤੋਂ ਬਾਅਦ ਆਲੇ ਕਿਹੜੇ ਕਿਹੜੇ ਆ 0 1 2 ਤੇ 3 ਇਹ ਗੱਲ ਦਾ ਧਿਆਨ ਰੱਖਣਾ ਜਿਹੜੇ ਦਸ਼ਮਲਵ ਤੋਂ ਉੱਧਰ ਆ ਪਹਿਲਾਂ ਦਸ਼ਮਲਵ ਲਿਖਣਾ ਜਦੋਂ ਜੋੜ ਘਟਾਓ ਕੁਝ ਵੀ ਕਰਨਾ ਹੈ ਤਾਂ ਉਸ ਤੋਂ ਬਾਅਦ ਬਾਕੀ ਕੰਮ ਕਰਨਾ ਅੱਗੇ ਵਿੱਚ ਵੀ ਦਸ਼ਮਲਵ ਲਿਖਾਂਗੇ ਦਸ਼ਮਲਵ ਤਾਂ ਪਹਿਲਾਂ ਹੈਗਾ 5 ਆਪਣੇ ਕੋਲੇ ਠੀਕ ਹੈ ਜੀ ਪਿੱਛੇ ਹੈਗੀਆਂ 0 0 2 5 7 5 ਠੀਕ ਹੈ ਜੀ ਭੁਲੇਖਾ ਨਾ ਪਵੇ ਇਸ ਕਰਕੇ ਜ਼ੀਰੋ ਨਾਲ ਇਹਨੂੰ ਕੰਪਲੀਟ ਕਰ ਲਈਦਾ ਤਾਂ ਕਿ ਕੋਈ ਜਿਹੜੀ ਹੈਗੀ ਐ ਸਮੱਸਿਆ ਸਾਨੂੰ ਨਾ ਆਵੇ ਤਾਂ ਹੁਣ ਇਹਨਾਂ ਨੂੰ ਆਪਾਂ ਜੋੜ ਕਰ ਦਿੰਨੇ ਇਹਨਾਂ ਦਾ 5 ਦੇ 5 7 ਦੇ 7 5 ਦੇ 3 8 ਹਾਂਜੀ 5 ਤੇ 2 7 ਤੇ 2 9 4 ਤੇ 1 5 ਇੱਥੇ 0 ਆ ਗਈ ਦਸ਼ਮਲਵ 5 ਤੇ 5 ਦਸਾਂ ਦੀ ਲਾ ਗਈ ਸਿਫਰ ਹਸਲ 1 4 ਤੇ 1 5 50.059875 ਆ ਜਿਹੜਾ ਇਹਦਾ ਉੱਤਰ ਆ ਗਿਆ ਜਦੋਂ ਇਹਨੂੰ ਸਰਲ ਕਰਦੇ ਆ ਇਹਨਾਂ ਨੇ ਪੁੱਛਿਆ ਵੀ ਇਹ ਕਿਹਦੇ ਨੇੜੇ ਆ ਇੱਕ ਤਾਂ ਇਹਨੇ ਆਪਸ਼ਨ ਦਿੱਤੀ ਹੈ 48 ਇੱਕ ਦਿੱਤੀ ਹੈ 49 ਇੱਕ ਦਿੱਤੀ ਹੈ ਆਪਣੇ ਕੋਲੇ 50 ਤੇ ਇੱਕ ਦਿੱਤੀ ਵੀ ਆ 51 ਠੀਕ ਹੈ ਜੀ ਕਿਉਂਕਿ 0 ਹੈ ਦਸ਼ਮਲਵ ਤੋਂ ਘਾੜ ਸੰਖਿਆ ਜਿਹੜੀ ਹੈ ਜੀਰੋ ਜੇ ਤਾਂ ਇਹ 5 ਹੁੰਦੀ 5 ਤੋਂ ਵੱਧ ਹੁੰਦੀ ਫੇਰ ਤਾਂ ਇਹ ਇਹਨੂੰ 51 ਦੇ ਨੇੜੇ ਲੈ ਗਏ ਹੁਣ ਇਹ ਕਿਹਦੇ ਨੇੜੇ ਆ 50 ਦੇ ਨੇੜੇ ਆ ਇਸ ਕਰਕੇ ਦਾ ਉੱਤਰ ਆ ਜਿਹੜਾ ਹੈਗਾ ਆਪਣੇ ਕੋਲੇ ਉਹ 50 ਆ ਜਾਊਗਾ ਇਸ ਤਰੀਕੇ ਨਾਲ ਆਪਾਂ ਇਹਨੂੰ ਹੱਲ ਕਰ ਸਕਦੇ ਹਾਂ ਜੀ ਦੂਸਰਾ ਕੁਐਸਚਨ ਆ ਆਪਣੇ ਕੋਲੇ 12 ਸਹੀ 1/16 ਜਿਹੜੀ ਆਪਣੇ ਕੋਲੇ ਸੰਖਿਆ ਦਿੱਤੀ ਵੀ ਆ ਉਹਨੇ ਸਹੀਆਂ ਦੇ ਵਿੱਚ ਦਿੱਤੀ ਹੈ ਇਹਨੂੰ ਦਸ਼ਮਲਵ ਰੂਪ ਦੇ ਵਿੱਚ ਆਪਾਂ ਲਿਖਣਾ ਹੈ ਕਿੰਨਾ ਦਿੱਤਾ ਹੋਇਆ 12 ਸਹੀ 1/ 16 ਇਹ ਬਾਕੀ ਤੁਸੀਂ ਆਪ ਹੀ ਕਰੋਗੇ ਜਿੰਨਾ ਕੁ ਤੁਹਾਨੂੰ ਮੈਂ ਦੱਸਣ ਯੋਗ ਹੈ ਜਿਹੜਾ ਕਰ ਸਕਦੇ ਹਾਂ ਉਹ ਕਰਦੇ ਆਪਾਂ 12 ਸਹੀ 12 ਸਹੀ 1/ 16 ਦਾ ਦਸ਼ਮਲ ਰੂਪ ਦਾ ਦਸ਼ਮਲਬ ਰੂਪ ਲਿਖੋ ਠੀਕ ਹੈ ਜੀ ਹੁਣ ਇਹਦੇ ਚਾਹ ਨੂੰ ਹੱਲ ਕਿਵੇਂ ਕਰਦੇ ਹੁੰਦੇ ਆ 16 ਨੂੰ 12 ਨਾਲ ਗੁਣਾ 16 ਨੂੰ ਗੁਣਾ ਕਰ ਦੇਣੀ ਆ 12 ਦੇ ਨਾਲ ਠੀਕ ਹੈ ਜੀ ਤੇ ਜਦੋਂ ਵੀ ਜਿੰਨਾ ਉੱਤਰ ਆ ਗਿਆ ਉਹਦੇ ਵਿੱਚ ਜਮਾ 1 ਕਰ ਦੇਣਾ ਠੀਕ ਆ ਔਰ बटे ਇਹਦੇ 16 ਹੀ ਆ ਜਾਊਗਾ ਹੁਣ ਜਦੋਂ 16 ਨੂੰ 12 ਦੇ ਨਾਲ ਕਰਦੇ ਆਪਾਂ ਆਪਾਂ 12 72 7 ਹਸਲ 12 12 12 7 19 192 ਆ ਗਿਆ 192 1 16 ਠੀਕ ਹੈ 192 ਤੇ 193 ਆ ਗਿਆ बटे 16 ਗਾ ਇਹਦਾ ਮਤਲਬ 16 ਦੇ ਉੱਤੇ ਇਹਨੂੰ ਆਪਾਂ ਕੀ ਕਰਾਂਗੇ ਭਾਗ ਕਰ ਦਿੰਨੇ ਆ ਠੀਕ ਹੈ बटे ਦਾ ਮਤਲਬ ਹੁੰਦਾ ਭਾਗ ਕਰ ਦੇਣਾ ਆਪਾਂ 16 16 ਬਚ ਗਏ ਆਪਣੇ ਕੋਲੇ 9 9 ਚੋਂ 6 ਘਟੇ 3 ਉੱਤੋਂ ਕੀਤਾ ਰਿਹਾ 3 16 ਦੁਣਾ 32 ਠੀਕ ਹੈ ਜੀ 32 ਆ ਗਿਆ ਤਿੰਨਾ ਚੋਂ 2 ਘਟਾਏ 1 ਠੀਕ ਹੈ ਜੀ ਹਾਂਜੀ ਇਦੂਆ ਕੀਆ ਗਿਆ ਅ ਜਦੋਂ ਆਪਾਂ ਇਹਦੇ ਲਈ ਇੱਕ ਬਚ ਗਿਆ ਆਪਣੇ ਕੋਲੇ ਤਾਂ ਆਪਾਂ ਦਸ਼ਮਲਵ ਲਾਵਾਂਗੇ ਇੱਥੇ ਜ਼ੀਰੋ ਲਾਵਾਂਗੇ ਠੀਕ ਹੈ ਜੀ ਹੁਣ 16 ਤੇ ਹਲੇ ਵੀ ਨਹੀਂ ਜਾਂਦਾ ਕਿਉਂਕਿ 16 ਦੇ ਭਾੜੇ 'ਚ ਨਹੀਂ ਆਉਂਦਾ 16 0 ਦਾ 0 बच ਗਿਆ ਆਪਣੇ ਕੋਲੇ 10 ਫਿਰ ਆਪਾਂ ਇੱਕ 0 ਹੋਰ ਲਾਤੀ ਠੀਕ ਆ 16 58 16 61 96 16 61 96 बच ਗਿਆ ਆਪਣੇ ਕੋਲੇ 4 0 ਠੀਕ ਆ 16 ਦੁਣਾ 32 ਫਿਰ ਉੱਥੇ ਆ ਕੇ 32 ਦੇ ਉੱਤੇ ਜਾ ਕੇ ਆਪਣੇ ਕੋਲੇ ਕਿੰਨਾ ਆ ਗਿਆ 3 ਪੁਆਇੰਟਾਂ ਤੱਕ ਆਪਾਂ ਦਾ ਉੱਤਰ ਕੱਢਾ ਉੱਤਰ ਕਿੰਨਾ ਆ ਗਿਆ 12.062 ਠੀਕ ਹੈ ਜੀ ਏ ਆਪਣੇ ਕੋਲੇ ਆਪਣੇ ਹੌਸਲਾ ਜਿਹੜਾ ਹੈਗਾ ਕਰਕੇ ਆ ਗਿਆ ਤੇ ਇਹਦੂੰ ਆਪਣੇ ਜਦੋਂ ਅਖੀਰ ਤੇ ਵੀ ਕਰਾਂਗੇ ਇਹਨੂੰ ਤਾਂ 0 10 ਚੋਂ 2 ਕੱਢੇ 8 ਆਪਣੇ ਕੋਲੇ ਠੀਕ ਹੈ ਜੀ 8 ਰਹਿ ਗਏ ਤੇ 8 ਜਦੋਂ ਰਹਿ ਗਏ ਇੱਥੇ ਤੇ ਵਿੱਚ ਜ਼ੀਰੋ ਲਾ ਲਈ ਆਪਾਂ ਨਾਲ ਆਪਣੇ ਕੋਲੇ ਬਚ ਗਈ ਘਟਾਓ ਕਰਾਂਗੇ ਇਹਨਾਂ ਚ ਜਦੋਂ 80 16 ਪੰਜਾ ਕਿੰਨੇ ਹੁੰਦੇ ਆ 80 ਸੋ ਇਹ ਆ ਗਿਆ ਆਪਣੇ ਕੋਲੇ 12.0625 ਉੱਤਰ ਹੈ ਜਿਹੜਾ ਇਹਦਾ ਆ ਗਿਆ ਇਸ ਤਰੀਕੇ ਦੇ ਨਾਲ ਦਸ਼ਮਲਵਾਂ ਦੀ ਜਿਹੜੇ ਹੈਗੇ ਆ ਇਸ ਭਿੰਨ ਨੂੰ ਆਪਾਂ ਭੰਨ ਕੇ ਇਸ ਤਰੀਕੇ ਨਾਲ ਕਰ ਸਕਦੇ ਆ ਜੀ ਠੀਕ ਹੈ ਜੀ ਇਹ ਆ ਗਿਆ ਆਪਣੇ ਕੋਲੇ ਸਾਰਾ ਸਮੱਸਿਆ ਜਿਹੜੀ ਹੈਗੀ ਇਹਨੂੰ ਹੱਲ ਕਰ ਲਿਆ ਆਪਾਂ ਅਗਗੇ ਹੈ ਜੀ ਪੁਆਇੰਟਾਂ ਵਾਲਾ ਜੋੜ ਕਰਨਾ ਹੈ ਇਹ ਤੁਹਾਨੂੰ ਮੈਂ ਦੱਸ ਹੀ ਚੁੱਕਿਆ ਪਹਿਲੇ ਸਵਾਲ ਦੇ ਵਿੱਚ ਉਸੇ ਤਰ੍ਹਾਂ ਹੀ ਤੁਸੀਂ ਆਪਾਂ ਇਹਨੂੰ ਕਰ ਸਕਦੇ ਆ ਰਕਮ ਕੀ ਦਿੱਤੀ ਵੀ ਹੈ ਸਾਡੇ ਕੋਲੇ ਉਹ ਦੇਖਦੇ ਆ ਉਸ ਤੋਂ ਬਾਅਦ ਇਹਨੂੰ ਹੱਲ ਕਰਾਂਗੇ ਆਪਾਂ ਧਿਆਨ ਨਾਲ ਕਰਨਾ ਬਹੁਤੇ ਸਵਾਲ ਆ ਜਿਹੜੇ ਇਹਨਾਂ ਦੇ ਵਿੱਚ ਹੀ ਹੋਣੇ ਭਿੰਨਾਂ ਦੇ ਵਿੱਚੋਂ ਸਹੀਆਂ ਭੰਲਣੀਆਂ ਦਸ਼ਮਲਵ ਵਾਲੇ ਸਵਾਲ ਜ਼ਿਆਦਾਤਰ ਆਉਂਦੇ ਆਗੇ ਔਰ ਇਹਨਾਂ ਦੇ ਉੱਤੇ ਹੀ ਜਿਹੜਾ ਹੈਗਾ ਆਪਾਂ ਕਰ ਸਕਦੇ ਆ ਤਾਂ ਇਹਦੇ ਵਿੱਚ ਕੀ ਉਹਨਾਂ ਨੇ ਦਿੱਤਾ ਹੋਇਆ ਉਹ ਕਹਿੰਦੇ 7.7 7.7 ਇਹਦੇ ਵਿੱਚ ਅ ਅੱਗੇ ਹੈ ਜੀ 7 .07 ਠੀਕ ਹੈ ਜੀ ਅੱਗੇ ਦਿੱਤਾ ਹੋਇਆ 7.007 ਲੇਖਾ ਨਹੀਂ ਖਾਣਾ ਬੱਚੋ ਇਸ ਤਰ੍ਹਾਂ ਦੇ ਸਵਾਲ ਆ ਜਿਹੜੇ ਹੈਗੇ ਕਨਫਿਊਜ਼ ਕਰ ਦਿੰਦੇ ਕਈ ਵਾਰੀ ਅੱਗੇ ਦਿੱਤਾ ਹੋਇਆ 7 70 .0077 ਠੀਕ ਆ ਇਹਦਾ ਕਹਿੰਦਾ ਜੋੜ ਕਰੋ ਤਾਂ ਪਹਿਲਾਂ ਆਪਾਂ ਲੈਣਾ 7.7 ਇਹ ਪਹਿਲੀ ਆਪਣੀ ਹੋ ਗਈ ਦੂਸਰੀ ਆ ਫਿਰ ਮੈਂ ਤੁਹਾਨੂੰ ਦੱਸਿਆ ਵੀ ਦਸ਼ਮਲਵ ਥੱਲੇ ਦਸ਼ਮਲਵ ਇਧਰਲੇ ਪਾਸੇ ਉਰਲੇ ਸੱਕ ਜਿਹੜੀ ਪੂਰਨ ਸੰਖਿਆ ਭਾਗ ਉਰਲੇ ਪਾਸੇ ਹੁੰਦਾ ਉਹਨੂੰ ਵੀ ਉਸੇ ਤਰ੍ਹਾਂ 7 ਦੇ ਥੱਲੇ 7 ਇਦਰਾ ਆ ਗਿਆ 07 ਠੀਕ ਹੈ ਜੀ ਹੁਣ ਆ ਤੀਜੀ ਲੈ ਲੈਨੇ ਆ ਤੀਜੀ ਦੇ ਦਸ਼ਮਲਵ ਥਲੇ ਦਸ਼ਮਲਵ 7 ਦੇ ਥਲੇ 7007 ਠੀਕ ਹੈ ਜੀ ਇਦੂਆਂ ਆ ਗਿਆ ਆਪਣੇ ਕੋਲੇ ਦਸ਼ਮਲਵ 77007 7 ਠੀਕ ਆ ਇਹਨਾਂ ਦਾ ਆਪਾਂ ਹੈਗਾ ਜੋੜ ਕਰ ਦੇਣਾ ਇਹ ਗੱਲ ਧਿਆਨ ਰੱਖਣੀ ਹੈ ਫਿਰ ਜ਼ੀਰੋਆਂ ਦੇ ਵਿੱਚ ਬਾਕੀ ਪੂਰਨ ਸੰਖਿਆ ਭਾਗ ਜ਼ੀਰੋ ਕਰਕੇ ਇਹਨੂੰ ਕੰਪਲੀਟ ਕਰ ਲੈਨੇ ਆ ਆਪਾਂ ਤਾਂ ਕਿ ਭੁਲੇਖਾ ਨਾ ਪਵੇ ਜਦੋਂ ਅੰਕ ਦੇ ਵਿੱਚ ਅਸੀਂ ਅੰਕ ਜੋੜਨਾਗਾ ਉਸ ਸਮੇ ਕੋਈ ਕਨਫਿਊਜ਼ਨ ਨਾ ਰਵੇ 7 ਦੇ 7 7 ਤੇ 7 14 ਲੱਗਿਆ ਚੌਕਾ ਹਸਲ 1 7 ਤੇ 1 8 ਹਾਂਜੀ 7 ਦੇ 7 7 ਦੇ 7 14 ਚ ਉਹਨਾਂ ਦੇ 7 21 21 ਤੇ 7 28 ਹਸਲਾ ਕੇ 2 7 ਤੇ 2 9 98.7 8 4 7 ਦੂਜੀ ਆਪਸ਼ਨ ਆ ਜਿਹੜੀ ਇਹਦਾ ਆਨਸਰ ਆ ਜਿਹੜਾ ਆਊਗਾ ਸੋ ਇਸ ਗੱਲ ਦਾ ਖਿਆਲ ਰੱਖਣਾ ਜਦੋਂ ਵੀ ਦਸ਼ਮਲਵ ਵਾਲੀ ਸੰਖਿਆ ਕੋਈ ਘਟਾਓ ਕਰਨੀ ਆ ਜਾਂ ਜੋੜ ਕਰਨੀ ਆ ਪਹਿਲਾਂ ਦਸ਼ਮਲਵ ਥੱਲੇ ਦਸ਼ਮਲਵ ਲਾਉਣਾ ਹੈਗਾ ਬਾਕੀ ਜਿਹੜੇ ਹੈਗੇ ਅੰਕ ਉਹ ਅੰਕਾਂ ਥੱਲੇ ਉਵੇਂ ਹੀ ਲਾਉਣੇ ਆ ਪਹਿਲਾਂ ਦਸ਼ਮਲਵ ਲਾਉਣਾ ਜਿਹੜੇ ਦਸ਼ਮਲਵ ਤੋਂ ਉਰੇਲੇ ਪਾਸੇ ਵਾਲੇ ਅੰਕ ਉਰੇੇ ਲਾਉਣੇ ਆ ਉਹ ਜਿਹੜੇ ਪਰਲੇ ਪਾਸੇ ਵਾਲੇ ਅੰਕ ਉਸੇ ਤਰ੍ਹਾਂ ਹੀ ਉਹਨਾਂ ਦੇ ਅੰਕ ਥੱਲੇ ਆੜਤ ਇਹਨਾਂ ਨੂੰ ਪੜਾ ਕੇ ਤੁਸੀਂ ਇਹਦਾ ਜੋੜ ਘਟਾਓ ਆ ਜਿਹੜਾ ਕਰਨਾ ਹੈਗਾ ਇਹ ਇੱਥੇ ਹੀ ਫਰਕ ਪੈ ਜਾਂਦਾ ਅੱਗੇ ਆ ਜੀ ਆ 6 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਅਤੇ 4 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਦਾ ਅੰਤਰ ਪਤਾ ਕਰੋ ਕੋਈ ਔਖਾ ਨਹੀਂ ਹੈਗਾ ਆਪਦੇ ਆਪ ਵੀ ਤੁਸੀਂ ਕਰ ਸਕਦੇ ਆ 6 ਅੰਕਾਂ ਦੀ ਵੱਡੀ ਤੋਂ ਵੱਡੀ ਆ ਸੋਰੀ 6 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਲੈਣੀ ਆ ਤੇ ਉਹਦੂੰਗਾ 4 ਅੰਕਾਂ ਦੀ ਵੱਡੀ ਤੋਂ ਵੱਡੀ ਲੈਣੀ ਹੈ 6 ਅੰਕਾਂ ਦੀ ਛੋਟੀ ਤੋਂ ਛੋਟੀ ਆਪਾਂ ਨੂੰ ਪਤਾ ਹੈਗਾ 6 ਅੰਕਾਂ ਦੀ ਛੋਟੀ ਤੋਂ ਛੋਟੀ ਹੁੰਦੀ ਆ 1 ਕੇ ਦੇ ਨਾਲ 5 ਜ਼ੀਰੋ ਆ 5 ਜ਼ੀਰੋ ਇਹ ਹੋ ਗਈ ਛੋਟੀ ਤੋਂ ਛੋਟੀ ਹੋਣਾ ਕੀ ਆਪਣੇ ਕੋਲੇ ਅ 4 ਅੰਕਾਂ ਦੀ ਵੱਡੀ ਤੋਂ ਵੱਡੀ 4 ਅੰਕਾਂ ਦੀ ਵੱਡੀ ਤੋਂ ਵੱਡੀ ਹੁੰਦੀ ਹੈ 4 ਨਾਏ ਹੋ ਗਏ ਆਪਣੇ ਕੋਲੇ ਠੀਕ ਹੈ ਇਹਦਾ ਅੰਤਰ ਪਤਾ ਕਰਨਾ ਹੈ ਕਰਦੇ ਆਂਗੇ ਆਪਾਂ ਠੀਕ ਹੈ ਜੀ ਕਿੰਨਾ ਬਣੂਗਾ ਇੱਥੇ ਦੇਖੋ ਜਦੋਂ 10ਾਂ ਚੋਂ 9 ਕੱਢੇ 1 ਇੱਥੇ ਰਹਿ ਗਈ 0 0 ਹਾਂਜੀ 0 ਤੇ 9 ਠੀਕ ਹੈ ਜੀ 9 90000 ਇੱਕ ਜਿਹੜਾ ਹੈਗਾ ਇਹਦਾ ਇਹਦਾ ਜਿਹੜਾ ਹੈਗਾ ਆਨਸਰ ਆ ਜਾਊਗਾ ਆਪਣੇ ਕੋਲੇ ਦਸਾਂ ਦੇ ਵਿੱਚੋਂ ਕਿਉਂਕਿ ਇੱਥੇ ਕਨਫਿਊਜ਼ਨ ਹੋਣੀ ਆ ਬੱਚਿਆਂ ਨੂੰ ਕਿ ਹੁਣ ਆਹ ਕਿੰਨੇ ਬਣ ਗਏ ਇੱਥੇ 9 9 9 ਜਦੋਂ ਇਹਨਾਂ ਸਾਰਿਆਂ ਦਾ ਬਣਾ ਲਿਆ ਆਪਾਂ 9 9 ਰਹਿ ਗਏ ਆਪਣੇ ਕੋਲੇ 0 0 0 ਤੇ ਇੱਥੇ ਤਨਾ 9 ਜਿਹੜਾ ਹੈਗਾ ਆਨਸਰ ਇਹਦਾ ਉੱਤਰ ਆ ਗਿਆ ਇਸ ਤਰੀਕੇ ਦੇ ਨਾਲ ਅਸੀਂ ਜਿਹੜੀ ਹੈਗੀ ਇਹ ਘਟਾਓ ਕਰਨੀ ਹੈਗੀ ਤੇ ਘਟਾਓ ਕਰਨ ਲੱਗੇ ਕਨਫਿਊਜ਼ ਨਹੀਂ ਹੋਣਾਗਾ ਕਿਉਂਕਿ ਜਿਹੜੀ ਜੇ ਤਾਂ ਇਹ ਦਸਾਂ ਦੇ ਵਿੱਚ 9 ਘਟੇ 1 ਆ ਗਿਆ ਇਥੇ ਰਹਿ ਗਏ 9 9 ਚ 9 ਕੱਡੇ 0 ਇਥੇ 9 ਚ 9 ਕੱਡੇ 0 9 ਚ 9 ਕੱਡੇ 0 ਤੇ ਇਥੇ ਵੀ 9 ਰਹਿ ਗਏ ਹੁਣ ਦੱਸ ਦੀ ਥਾਂ ਤੇ ਕਿਉਂਕਿ ਇੱਕ ਹਸਲਾ ਜਿਹੜਾ ਉਧਰ ਚਲੇ ਆ ਗਿਆ ਸੋ ਇਸ ਕਰਕੇ ਕਨਫਿਊਜ਼ ਨਹੀਂ ਹੋਣਾ ਇਸ ਤਰੀਕੇ ਨਾਲ ਇਹਦਾ ਆਨਸਰ ਆ ਜਿਹੜਾ ਉਹ ਆ ਗਿਆ ਆਪਣੇ ਕੋਲੇ ਅੱਗੇ ਚੱਲਦੇ ਆ ਜੀ ਆਪਣਾ ਕੀ ਹੈ ਜੀ 2 ਲੱਖ 2000 ਨੂੰ ਅੰਕਾਂ ਰਾਹੀਂ ਲਿਖਣ ਤੇ ਪ੍ਰਾਪਤ ਹੁੰਦਾ ਹੈ 2 ਲੱਖ 2000 ਤੁਹਾਨੂੰ ਮੈਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਚੈਨਲ ਦੇ ਉੱਤੇ ਪਾਈ ਵੀ ਆ ਉੱਥੇ ਤੁਸੀਂ ਦੇਖ ਸਕਦੇ ਹੋ ਸੰਖਿਆਵਾਂ ਨੂੰ ਸ਼ਬਦਾਂ ਦੇ ਵਿੱਚ ਕਿਵੇਂ ਲਿਖਿਆ ਜਾਂਦਾ ਤੇ ਸੰਖਿਆਵਾਂ ਨੂੰ ਅੰਕਾਂ ਦੇ ਵਿੱਚ ਕਿਵੇਂ ਲਿਖਿਆ ਜਾਂਦਾ ਹੁਣ ਇਹਨੇ ਸ਼ਬਦਾਂ ਦੇ ਵਿੱਚ ਦਿੱਤੀ ਆ ਉਹਨੂੰ ਅੰਕਾਂ ਦੇ ਵਿੱਚ ਲਿਖਣਾਗਾ ਆਪਾਂ ਠੀਕ ਹੈ ਜੀ ਜਿਵੇਂ ਤੁਹਾਨੂੰ ਦੱਸਿਆ ਸੀ ਪਹਿਲਾਂ ਪਹਿਲਾ ਤਿੰਨ ਅੰਕ ਆ ਜਿਹੜੇ ਛੱਡ ਲੈਣੇ ਆ ਉਹ ਤਿੰਨ ਅੰਕ ਕੱਢ ਕੇ 2 2000 ਵਾਲੇ ਆ ਗਏ ਗਾਂ ਆ ਗਏ 2 ਲੱਖ ਵਾਲੇ ਹੁਣ ਇਹ ਕੀ ਕਹਿੰਦਾ ਇਹ 2 ਲੱਖ ਇਹਦਾ ਮਤਲਬ ਆ ਲੱਖ ਵਾਲੇ ਆ ਆਪਣੇ ਕੋਲੇ ਇਹਦਾ ਮਤਲਬ 2 ਲਿਖਣਾ ਹੈ ਇਹਦੇ ਵਿੱਚ 2 ਲਿਖਣਾ ਤਾਂ ਮੂਰੇ ਜ਼ੀਰੋ ਲਾਉਣੀ ਪੂ 2 ਲੱਖ ਹਾਂਜੀ 2000 ਹੁਣ ਦੇਖੋ ਆ ਹੈਗੇ 1000 ਵਾਲੇ ਆ 1000 ਵਾਲੇ ਦੇ ਵਿੱਚ ਦੋ ਲਿਖਣਾ ਇਹਨੂੰ ਦੋ ਐਂ ਲਿਖ ਕੇ ਇਸ ਤਰ੍ਹਾਂ ਬਾਕੀ ਜ਼ੀਰੋਆਂ ਜਿਹੜੀਆਂ ਆ ਜਣੀਆਂ ਆ ਇਹ ਹੋ ਗਿਆ ਅੰਕਾਂ ਦੇ ਵਿੱਚ ਲਿਖਣਾ 2 ਲੱਖ 2 ਲੱਖ 2000 ਠੀਕ ਹੈ ਜੀ ਇਹ ਆਪਣੀ ਜਿਹੜੀ ਹੈਗੀ ਆ ਕੰਪਲੀਟ ਹੋ ਗਈ ਸੰਖਿਆ ਨੂੰ ਅਸੀਂ ਅੰਕਾਂ ਦੇ ਵਿੱਚ ਅੰਕਾਂ ਤੋਂ ਸ਼ਬਦਾਂ 'ਚ ਲਿਖਣਾ ਸ਼ਬਦਾਂ ਨੂੰ ਅੰਕਾਂ 'ਚ ਲਿਖਣਾ ਇਸ ਤਰ੍ਹਾਂ ਪਹਿਲਾਂ ਤਿੰਨ ਅੰਕ ਛੱਡ ਲਓ ਫਿਰ ਦੋ ਦੋ ਕਰਕੇ ਜਿਹੜਾ ਹੈਗਾ ਤੁਸੀਂ ਇਹਨੂੰ ਹੱਲ ਕਰ ਸਕਦੇ ਆ ਅੱਗੇ ਹੈ ਜੀ ਆਪਣੇ ਕੋਲੇ ਇਹ ਇੱਕ ਰੇਡੀਓ ਨੂੰ ਲਿਖੇ ਮੁੱਲ ਤੇ 3.4 ਵਿੱਚ ਖਰੀਦਦਾ ਹੈ। ਮਤਲਬ ਜਿਹੜਾ ਲਿਖਿਆ ਹੋਇਆ ਮੁੱਲਾ ਉਹਦਾ 3/4 ਭਾਗ ਦੇ ਵਿੱਚ ਖਰੀਦਦਾ। ਠੀਕ ਹੈ ਜੀ। ਫਿਰ ਉਹਨੂੰ ਜਿਹੜਾ ਹੈਗਾ ਲਿਖੇ ਹੋਏ ਮੁੱਲ ਦੇ 20% ਜ਼ਿਆਦਾ ਤੇ ਵੇਚ ਦਿੰਦਾ ਹੈਗਾ। ਮੰਨ ਲਓ ਜਿਹੜਾ ਲਿਖਿਆ ਹੋਇਆ ਰੇਡੀਓ ਦਾ ਮੁੱਲਾ ਇਹ ਰੇਡੀਓ ਇਹ ਏ ਇੱਕ ਬੰਦਾ ਹੈਗਾ ਰੇਡੀਓ ਦਾ ਮੰਨ ਲਓ ਮੁੱਲ ਲਖਿਆ 100 ਰੁਪਏ। ਮੰਨ ਲਓ ਲੋ ਰੇਡੀਓ ਦਾ ਮੁੱਲ ਰੇਡੀਓ ਦਾ ਮੁੱਲ ਹੈਗਾ 100 ਰੁਪਏ ਠੀਕ ਹੈ ਜੀ ਉਹ ਕੀ ਕਹਿੰਦਾ 100 ਰੁਪਏ ਲਿਖੇ ਹੋਏ ਮੁੱਲ ਦੇ 3/4 ਵਿੱਚ ਖਰੀਦਦਾ ਹੈ ਲਿਖੇ ਹੋਏ ਮੁੱਲ ਦਾ 3/4 100 ਦਾ 3/4 ਠੀਕ ਹੈ ਜੀ ਕਿੰਨਾ ਹੋਊਗਾ ਹਾਂ 25 ਚੋਗਾ 100 25 ਦੀ 75 ਰੁਪਏ ਇਹਦਾ ਮਤਲਬ 75 ਰੁਪਏ ਦੇ ਵਿੱਚ ਖਰੀਦਦਾ ਖਰੀਦ ਮੁੱਲ ਆ ਗਿਆ ਆਪਣੇ ਕੋਲੇ ਖਰੀਦ ਮੁੱਲ 75 ਰੁਪਏ ਆ ਗਿਆ ਆਪਣੇ ਕੋਲ ਠੀਕ ਹੈ ਜੀ ਅੱਗੇ ਕਹਿੰਦਾ ਉਹ ਇਸ ਨੂੰ ਲਿਖੇ ਹੋਏ ਮੁੱਲ ਦੇ 20% ਜਿਆਦਾ ਤੋਂ ਵੇਚ ਦਿੰਦਾ ਹੁਣ 100 ਦਾ 20% ਕੱਢ ਕੇ ਉਹਦੇ ਵਿੱਚ ਜੋੜ ਦਾਂਗੇ ਆਪਾਂ ਮੰਨਿਆ ਆਪਾਂ 100 ਆ 100 ਦਾ 20% 20% ਆ ਦਾ ਦਾ ਮਤਲਬ ਹੁੰਦਾ ਗੁਣਾ 100 ਗੁਣਾ 20% ਚ ਚੱਕ ਦੇਣੀ ਹੈ ਵਿੱਚੋਂ ਆਪਾਂ ਤਾਂ बटे 100 ਲਾ ਦੇਣਾ ਜਦੋਂ ਪ੍ਰਤੀਸ਼ਤ ਚੱਕਦਾ ਜ਼ੀਰੋ ਨਾਲ ਜ਼ੀਰੋ ਆ ਜ਼ੀਰੋ ਨਾਲ ਆ ਜ਼ੀਰੋ ਕੱਟੀ ਗਈ 2b ਆਪਣੇ ਕੋਲੇ 20 ਰੁਪਏ 20 ਰੁਪਏ ਆ ਗਿਆ ਇਹ ਆਪਣਾ 100 ਰੁਪਏ ਖਰੀਦ 100 ਰੁਪਏ ਜਿਹੜਾ ਹੈ ਉਹ ਲਿਖਿਆ ਹੋਇਆ ਮੁੱਲ ਆ 20% ਵਾਧੇ ਨਾਲ ਆ 20 20% ਦਾ ਵਾਧਾ ਹੋ ਗਿਆ ਇਹਦਾ ਮਤਲਬ ਵੇਚ ਮੁੱਲ ਕਿੰਨਾ ਹੋ ਗਿਆ ਵੇਚ ਮੁੱਲ 100 ਰੁਪਏ ਦਾ ਉਹਦਾ ਮੁੱਲ ਸੀ ਮੰਨਿਆ ਹੋਇਆ ਲਿਖਿਆ ਹੋਇਆ ਮੁੱਲ ਸੀ ਜਮਾ 20% ਤੇ ਵੇਚਤਾ ਦਾ 120 ਰੁਪਏ ਦਾ ਉਹਨੇ ਵੇਚਤਾ ਹੁਣ ਕਹਿੰਦਾ ਲਾਭ ਪ੍ਰਤੀਸ਼ਤ ਪਤਾ ਕਰੋ ਹਮਨ ਲਾਭ ਕੱਢਣਾ ਲਾਭ ਪਹਿਲਾਂ ਹੋਇਆ ਨੂੰ ਵੱਧ ਤੇ ਵਿੱਚ ਐ ਇਸ ਕਰਕੇ ਉਹਨੂੰ ਲਾਭ ਹੋਇਆਗਾ ਤਾਂ 120 ਜਿਹੜਾ ਹੈਗਾ ਉਹਦਾ ਬੇਚ ਮੁੱਲ ਆ ਬੇਚ ਮੁੱਲ ਚੋਂ ਆਪਾਂ ਖਰੀਦ ਮੁੱਲ ਘਟਾ ਦੇਣਾ ਖਰੀਦ ਮੁੱਲ ਹੈਗਾ 75 ਰੁਪਏ ਤੇ ਲਾਭ ਕਿੰਨਾ ਹੋ ਗਿਆ ਫਿਰ ਉਹਨੂੰ 200 120 ਦੇ ਵਿੱਚੋਂ ਜਦੋਂ ਆਪਾਂ 75 ਘਟਾ ਦਿੰਨੇ ਆ ਕਿੰਨਾ ਆ ਗਿਆ 25 1 ਬਚ ਗਏ ਤੇ 45 ਰੁਪਏ 45 ਰੁਪਏ ਆ ਜਿਹੜੇ ਹੈਗੇ ਉਹਨੂੰ ਲਾਭ ਹੋ ਗਿਆ ਇਹ ਕੱਲਾ ਲਾਭ ਆ ਆਪਾਂ ਲਾਭ ਪ੍ਰਤੀਸ਼ਤ ਕੱਢਣਾਗਾ ਲਾਭ ਪ੍ਰਤੀਸ਼ਤ ਦਾ ਫਾਰਮੂਲਾ ਆਪਾਂ ਨੂੰ ਪਤਾ ਲਾਭ ਪ੍ਰਤੀਸ਼ਤ ਦਾ ਫਾਰਮੂਲਾ ਹੁੰਦਾ ਲਾਭ ਵਟੇ ਖਰੀਦ ਮੁੱਲ ਗੁਣਾ 100 ਨਾਲ ਕਰ ਦੋ ਤਾਂ ਲਾਭ ਪ੍ਰਤੀਸ਼ਤ ਨਿਕਲਿਆ ਆਉਂਦਾ ਲਾਭ ਹੈਗਾ ਇਹਦਾ 45 ਖਰੀਦ ਮੁੱਲ ਕਿੰਨਾ ਹੈਗਾ ਇਹਦਾ 100 ਤੇ 100 ਦੇ ਨਾਲ ਹੀ ਗੁਣਾ ਕਰਤਾ ਆਪਾਂ ਠੀਕ ਹੈ ਜੀ ਕਿੰਨਾ ਹੈ ਲਾਭ ਪ੍ਰਤੀਸ਼ਤ ਫਿਰ 45 ਪ੍ਰਤੀਸ਼ਤ ਹੈ ਜਿਹੜਾ ਇਹਦਾ ਲਾਭ ਉਹ ਆਪਾਂ ਨੂੰ ਆ ਗਿਆ ਹੈ ਠੀਕ ਹੈ ਜੀ ਕਿਉਂਕਿ 25 ਰੁਪਏ ਚੋਂ ਬਚੇ ਸੀ ਤੇ 20 ਰੁਪਏ ਜਿਹੜੇ ਹੈਗੇ ਹੋਰ ਵੱਧ ਲਾ ਕੇ 45 ਰੁਪਏ ਰਹਿ ਗਿਆ ਸੀ ਲਾਭ ਪ੍ਰਤੀਸ਼ਤ ਦਾ ਫਾਰਮੂਲਾ ਆਪਾਂ ਨੂੰ ਪਤਾ ਹੀ ਆ ਲਾਭ ਪ੍ਰਤੀਸ਼ਤ ਸਿੱਧਾ ਹੀ ਨਿਕਲੇਗਾ ਕਿ ਮੰਨਿਆ ਮੁੱਲ ਜਿਹੜਾ ਹੈਗਾ ਉਹ ਸੌਰੀ 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 ਗਲਤ ਕਰ ਗਏ ਆਪਾਂ ਇਹਦੇ ਚ ਲਾਭ ਪ੍ਰਤੀਸ਼ਤ ਖਰੀਦ ਮੁੱਲ ਖਰੀਦ ਮੁੱਲ ਸੀਗਾ ਆਪਣਾ 45 ਰੁਪਏ ਆਪਣੇ ਕੋਲੇ ਲਾਭ ਆ ਗਿਆ ਪ੍ਰਤੀਸ਼ਤ ਖਰੀਦ ਮੁੱਲ ਸੀਗਾ 75 ਰੁਪਏ ਕੱਢਿਆ ਆਪਾਂ 75 ਰੁਪਏ ਕਿਉਂਕਿ ਉਹ ਤਾਂ ਲਿਖਿਆ ਮੁੱਲ ਸੀਗਾ ਅੱਗੇ ਆ ਜੀ 100 ਦੇ ਨਾਲ ਆਪਾਂ ਇਹਨੂੰ ਕੀ ਕਰਤਾ ਗੁਣਾ ਕਰਤੀ ਅੱਗੇ 5 ਤੇ ਕਰਦੇ ਆ 95 45 ਅ ਕਿੰਨੇ ਤੇ 5 ਤੇ ਕੱਟਿਆ ਗਿਆ ਹਾਂਜੀ 5 5 ਪੰਜ ਅ 15 ਪੰਜ 75 15 ਪੰਜ 75 3 ਤੇ ਕੱਟੇ ਗਏ 5 3 15 33 ਇਹ 9 ਤੇ ਕਿੰਨੇ ਤੇ ਕੱਟਿਆ ਗਿਆ 20 5 100 20 3 60 ਇਹਦਾ ਮਤਲਬ 60% ਉਹਨੂੰ ਲਾਭ ਹੋ ਗਿਆ ਕਿੰਨੇ ਪ੍ਰਤੀਸ਼ਤ ਲਾਭ ਹੋ ਗਿਆ ਉਹਨੂੰ 60% ਜਿਹੜਾ ਹੈਗਾ ਲਾਭ ਉਹਨੂੰ ਹੋ ਗਿਆ ਜੇਕਰ ਉਹਨੂੰ ਉਹ 75 120 ਰੁਪਏ ਦਾ ਵੇਚਦਾਗਾ ਥੋੜੀ ਜੀ কনਫਿਊਜ਼ਨ ਹੋ ਗਈ ਕਿਉਂਕਿ ਆਪਾਂ ਲਿਖਿਆ ਹੋਇਆ ਮੁੱਲ ਐ ਜਿਹੜਾ ਉਹਨੂੰ ਖਰੀਦ ਮੁੱਲ ਮੰਨ ਗਏ ਸੀਗੇ ਇਹ 75 ਸੀਗਾ ਖਰੀਦ ਮੁੱਲ ਦਾ ਇਹਦਾ ਸੋ ਇਸ ਤਰ੍ਹਾਂ ਇਸ ਸਵਾਲ ਨੂੰ ਆਪਾਂ ਹੱਲ ਕਰ ਲਾਂਗੇ ਅੱਗੇ ਹੈ ਜੀ ਆਪਣੇ ਕੋਲੇ ਇੱਕ ਸਕੂਲ ਵਿੱਚ ਅਗਲਾ ਸਵਾਲ ਆ ਜਿਹੜਾ ਹੈਗਾ ਬਿਨਾਂ ਦੇਰੀ ਕੀਤੇ ਆਪਾਂ ਦੇਖਦੇ ਹਾਂ ਅਗਲੇ ਸਵਾਲ ਦੇ ਵਿੱਚ ਇੱਕ ਸਕੂਲ ਵਿੱਚ 3/5 ਬੱਚੇ ਲੜਕੇ ਅਤੇ ਕੁੜੀਆਂ ਦੀ ਗਿਣਤੀ 800 ਹੈ ਲੜਕਿਆਂ ਦੀ ਗਿਣਤੀ ਪਤਾ ਕਰਨੀ ਆਪਾਂ ਇੱਕ ਸਕੂਲ ਆ ਕੋਈ ਜਿਹਦੇ ਵਿੱਚ ਜਿਹੜੇ ਹੈਗੇ ਆ 3/4 ਭਾਗ ਹੈਗੇ ਆ ਲੜਕੇ ਠੀਕ ਹੈ ਜੀ ਇੱਕ ਸਕੂਲ ਹੈ ਇਸ ਤਰੀਕੇ ਨਾਲ ਕਰੀਦਾ ਇਹਨੂੰ ਇੱਕ ਸਕੂਲ ਵਿੱਚ 3/5 ਬੱਚੇ ਲੜਕੇ ਆ 3/ 5 ਜਿਹੜੇ ਹੈਗੇ ਲੜਕੇ ਆ ਤੇ ਲੜਕੀਆਂ ਜਿਹੜੀਆਂ ਹੈਗੀਆਂ ਉਹ ਹੈਗੀਆਂ 800 ਲੜਕੀਆਂ 8 ਲੜਕੀਆਂ ਦੀ ਗਿਣਤੀ ਹੈਗੀ ਆ 800 ਤੇ ਲੜਕਿਆਂ ਦੀ ਗਿਣਤੀ ਦੱਸੋ ਯਾਨੀ ਕਿ ਇੰਨਾ ਭਾਗ ਆ ਜਿਹੜਾ ਹੈਗਾ ਉਹ ਆਹ ਲੜਕੀਆਂ ਹੈਗੀਆਂ ਆ ਹੈਗੀਆਂ ਲੜਕੀਆਂ ਤੇ ਆ ਹੈਗੇ ਆ ਲੜਕੇ ਸੋ ਇੱਥੇ ਇਹਨਾਂ ਦੀ ਲੜਕਿਆਂ ਦੀ ਗਿਣਤੀ ਨਹੀਂ ਦਿੱਤੀ ਵੀ ਇੱਥੇ ਕਿੰਨੇ ਪ੍ਰਤੀਸ਼ਾਤ ਲੜਕੀਆਂ ਨਹੀਂ ਦਸੀਆਂ ਆਵੀਆਂ ਸੋ ਦੋਨਾਂ ਚੀਜ਼ਾਂ ਦਾ ਇਹ ਆਪਾਂ ਨੂੰ ਪਤਾ ਵੀ ਇਹ ਇੱਕ ਦੇ ਬਰਾਬਰ ਬਣਨਾ ਚਾਹੀਦਾ ਸੋ 3/5 ਦੇ ਵਿੱਚ ਆਪਾਂ ਕੀ ਜੋੜੀਏ ਕਿ ਇੱਕ ਦੇ ਬਰਾਬਰ ਬਣ ਜਾਵੇ ਉਹਦੇ ਲਈ ਆਪਾਂ ਨੂੰ ਪਤਾ ਹੀ ਆ ਵੀ ਆਪਾਂ ਹਰ ਤਾਂ ਜਿਹੜਾ ਹੈਗਾ ਉਨੇ ਹੀ ਰਹਿ ਜਾਂਦਾ ਦਾ 5 ਉੱਤੇ ਵੀ ਜਿਹੜਾ ਹੈਗਾ 5 ਬਣ ਜਾਣਾ ਚਾਹੀਦਾ ਇਹਦਾ ਮਤਲਬ 2/5 ਇਹਦਾ ਮਤਲਬ 2/ ਜੇ 2/5 ਹਿੱਸਾ ਦਾ 2/5 ਆ ਲੜਕੀਆਂ ਤਾਂ 2/5 ਹਿੱਸਾ ਲੜਕੀਆਂ ਤਾਂ ਹੈਗੀਆਂ 800 ਠੀਕ ਆ ਜੀ ਤੇ ਜੇ ਹੋ ਗਿਆ ਆਪਣੇ ਕੋਲੇ 800 ਤੇ ਇੱਕ ਹਿੱਸਾ ਤਾਂ 800 2 5 ਤੇ ਇਸ ਤਰ੍ਹਾਂ ਕਰ ਲਾਂਗੇ ਇਹਨੂੰ ਹੱਲ 800 5 2 ਤੇ ਜੇ ਹੈਗੇ 3 5 3 5 ਤਾਂ ਫਿਰ ਗੁਣਾ ਕਰ ਦਾਂਗੇ 3 5 ਦੇ ਨਾਲ ਠੀਕ ਆ ਜੀ 5 1 5 ਇਹ 400 ਤੇ ਘਟਿਆ ਗਿਆ ਠੀਕ ਹੈ ਜੀ 400 ਤੇ ਘਟਾਇਆ ਗਿਆ 400 ਤੇ 4 3 1200 ਇਹਦਾ ਮਤਲਬ ਲੜਕੇ ਕਿੰਨੇ ਆ ਆਪਣੇ ਕੋਲੇ 1200 ਲੜਕੇ ਆ ਕਿੰਨਾ ਉੱਤਰ ਆ ਗਿਆ 1200 ਲੜਕੇ ਇਸ ਤਰੀਕੇ ਦੇ ਨਾਲ ਆਪਾਂ ਜਿਹੜਾ ਸਵਾਲ ਇਹਨੂੰ ਹੱਲ ਕਰ ਸਕਦੇ ਇਹਦਾ ਆਨਸਰ ਆ ਗਿਆ 1200 ਸੀ ਆਪਸ਼ਨ ਆ ਜਿਹੜੀ ਇਹਦੇ ਵਿੱਚ ਹੱਲ ਹੋ ਜੀ ਠੀਕ ਹੈ ਜੀ ਅੱਗੇ ਚੱਲਦੇ ਆ ਕਿਉਂਕਿ ਦੇਖੋ ਇਹ ਬਰਾਬਰ ਇੰਨਾ ਹੀ ਸੱਤਦਾ ਹੈ ਵੈਸੇ ਇਹਨੂੰ ਇੱਕ ਦੇ ਬਰਾਬਰ ਕਰਨਾ ਹੁੰਦਾ ਜਦੋਂ ਇਹਨੂੰ ਹੱਲ ਕਰਾਂਗੇ ਆਪਾਂ ਇਹਨੂੰ ਹੱਲ ਕਰਕੇ ਦੇਖਦੇ ਆਪਾਂ ਇਹਨਾਂ ਨੂੰ ਦੋਨਾਂ ਨੂੰ ਜੋੜ ਕੇ ਇੱਕ ਬਣਨਾ ਚਾਹੀਦਾ ਹੁੰਦਾ ਤਾਂ ਆਪਾਂ ਜੋੜ ਕੇ 5 ਆ ਗਿਆ ਲੱਲਾ ਸਵਾਵਾ ਇਹਦਾ ਤੇ 3 ਦੇ 3 ਲਾਗੇ ਉੱਤੇ 2 ਦੇ 2 ਲਾਗੇ 5/5 5-5 1 ਹੀ ਉੱਤਰ ਆ ਗਿਆ 1 ਹੀ ਇਹਦੇ ਬਰਾਬਰ 1 ਦੇ ਬਰਾਬਰ 1 ਹੋ ਗਿਆ ਇਹਦਾ ਮਤਲਬ 2/5 ਹਿੱਸਾ 800 ਲੜਕੀਆਂ ਸੀਗੀਆਂ ਤੇ ਲੜਕਿਆਂ ਦਾ ਹਿੱਸਾ ਆਪਾਂ ਕੱਢ ਲਿਆ ਸਾਰਿਆਂ ਦਾ 1200 ਲੜਕੇ ਆ ਗਏ 800 ਲੜਕੀਆਂ ਟੋਟਲ ਵਿਦਿਆਰਥੀ ਜੇ ਪੁੱਛੇ ਤਾਂ ਆਪਾਂ 2000 ਦੱਸ ਦਾਂਗੇ ਲੜਕੇ ਇੰਨੇ ਤੇ ਲੜਕੀਆਂ ਇੰਨੀ ਆ ਗਈਆਂ ਅੱਗੇ ਚੱਲਦੇ ਹਾਂ ਜੀ ਆਪਣੇ ਕੋਲੇ ਇੱਕ ਵਸਤੂ 78 7500 ਰੁਪਏ ਵਿੱਚ ਖਰੀਦੀ ਜਾਂਦੀ ਹੈ ਅਤੇ 8400 ਰੁਪਏ ਵਿੱਚ ਵੇਚੀ ਜਾਂਦੀ ਹੈ ਲਾਭ ਪ੍ਰਤੀਸ਼ਤ ਪਤਾ ਕਰੋ ਉਸੇ ਤਰ੍ਹਾਂ ਦਾ ਹੀ ਸਵਾਲ ਹੈ ਜਿਹੜਾ ਆਪਾਂ ਪਹਿਲਾਂ ਕਰਕੇ ਗਏ ਹਾਂ ਸੌਖਾ ਹੀ ਆ ਕੋਈ ਔਖਾ ਨਹੀਂ ਹੈਗਾ ਤੁਸੀਂ ਕਰ ਸਕਦੇ ਆ ਵਧੀਆ ਤਰੀਕੇ ਨਾਲ ਇੱਕ ਵਸਤੂ ਆ ਕਹਿੰਦਾ ਜਿਹੜੀ ਕਿ ਇੱਕ ਵਸਤੂ ਆ ਜਿਹੜੀ ਉਹ ਕੀ ਕੀਤਾ ਜਾਂਦਾ ਆਪਣੇ ਕੋਲੇ ਇੱਕ ਵਸਤੂ 7500 ਰੁਪਏ ਵਿੱਚ ਖਰੀਦੀ ਜਾਂਦੀ ਹੈ। ਇੱਕ ਵਸਤੂ ਆ ਜਿਹੜੀ ਹੈਗੀ ਆ ਉਹ 7500 ਰੁਪਏ ਵਿੱਚ ਖਰੀਦੀ ਜਾਂਦੀ ਹੈ। ਖਰੀਦ ਮੁੱਲ ਕਿੰਨਾ ਹੈਗਾ? ਖਰੀਦ ਮੁੱਲ ਹੈਗਾ 7500 ਰੁਪਏ। ਹਾਂਜੀ 7500 ਰੁਪਏ ਤੇ ਬੇਚ ਮੁੱਲ ਹੈਗਾ 8400 ਰੁਪਏ। ਬੇਚ ਮੁੱਲ ਹੈਗਾ 8400 ਰੁਪਏ। ਠੀਕ ਹੈ ਜੀ। ਇਹ ਵਸਤੂ ਜਿਹੜੀ ਹੈਗੀ ਆ ਲਾਹ ਪ੍ਰਤੀਸ਼ਤ ਪਤਾ ਕਰਨਾ ਹੈਗਾ। ਲਾਭ ਪ੍ਰਤੀਸ਼ਤ ਕੱਢਣ ਵਾਸਤੇ ਪਹਿਲਾਂ ਆਪਾਂ ਨੂੰ ਤਾਂ ਲਾਭ ਕੱਢਣਾ ਪਊਗਾ ਲਾਭ ਆਪਾਂ ਨੂੰ ਪਤਾ ਹੀ ਆ ਲਾਭ ਕਾਦੇ ਬਰਾਬਰ ਹੁੰਦਾ ਬੇਚ ਮੁੱਲ ਘਟਾਓ ਖਰੀਦ ਮੁੱਲ ਬੇਚ ਮੁੱਲ ਹੈਗਾ 8400 ਰੁਪਇਆ ਘਟਾਉਣਾ ਵਿੱਚ ਹੋਏਗਾ 7500 ਰੁਪਇਆ ਤਾਂ 009 ਠੀਕ ਹੈ ਜੀ 900 ਰੁਪਇਆ ਲਾਭ ਆ ਗਿਆ ਹੁਣ ਲਾਭ ਪ੍ਰਤੀਸ਼ਤ ਦਾ ਫਾਰਮੂਲਾ ਆਪਾਂ ਨੂੰ ਪਤਾ ਲਾਭ ਪ੍ਰਤੀਸ਼ਤ ਬਰਾਬਰ ਹੁੰਦਾ ਲਾਭ बटे ਖਰੀਦ ਮੁੱਲ ਗੁਣਾ 100 ਲਾਭ ਕਿੰਨਾ ਹੋਇਆ ਇਹਦੇ ਵਿੱਚ 900 ਰੁਪਇਆ ਤੇ ਖਰੀਦ ਮੁੱਲ ਦੇਖ ਲਈ ਅੱਗੇ ਗੁਣਾ ਹੋ ਜਾਏ ਆਪਣੇ ਨਾਲ ਖਰੀਦ ਮੁੱਲ ਸੀਗਾ 7500 ਰੁਪਇਆ 7500 ਰੁਪਇਆ ਗੁਣਾ ਕਰਾਂਗੇ 100 ਦੇ ਨਾਲ ਦੋ ਜ਼ੀਰੋ ਹਨ ਦੋ ਜ਼ੀਰੋਆਂ ਕੱਟੀਆਂ ਗਈਆਂ ਠੀਕ ਹੈ ਜੀ ਹਾਂ ਜੀ 15 ਬਾਜ 75 ਤੇ ਪੰਜ ਪੰਜ ਕਿੰਨੇ ਤੇ ਗਿਆ 18 ਪੰਜ 90 ਹਾਂਜੀ 18 180 ਤੇ ਇਹ ਕਟਿਆ ਗਿਆ 15 ਫੇਰ 5 ਤੇ ਕੱਟ ਦੋ 53 15 ਹਾਂਜੀ ਤੇ ਕਿੰਨੇ ਤੇ ਕਟਿਆ ਗਿਆ 53 15 ਤੇ 30 ਹਾਂਜੀ 5 180 ਤੇ ਕਟੇ ਹਨ 53 15 30 ਬਜ ਗਏ 6 53 ਠੀਕ ਹੈ 180 ਨੂੰ ਜੇ ਪੰਜ ਤੇ ਵੰਡਦੇ ਆਪਾਂ ਕਿੰਨੇ ਤੇ ਬੰਨਿਆ ਤਾਂ ਠੀਕ ਹੈ ਜੀ 3 1 3 ਤੇ 3 2 6 36 ਹੁੰਦੇ ਆ ਆਪਣੇ ਕੋਲੇ 5 ਦੇ ਆਹ ਕੱਟਿਆ ਗਿਆ 5 3 15 ਸਹੀ ਸੀ 3 3 ਤੇ ਅਹ 5 ਦੇ 15 3 ਵਜੇ 30 5 6 5 3 ਠੀਕ ਹੈ ਜੀ ਓਕੇ ਆ ਕਲੀਅਰ 12 ਇਹਦਾ ਮਤਲਬ ਲਾਭ ਪ੍ਰਤੀਸ਼ਤ ਕਿੰਨਾ ਹੋ ਗਿਆ 12 ਪ੍ਰਤੀਸ਼ਤ ਇਹਦੇ ਚ ਆਪਸ਼ਨ ਹੈਗੀ ਆ 12 ਪ੍ਰਤੀਸ਼ਤ ਦੀ ਅਹ ਬਿਲਕੁਲ ਹੈਗੀ ਆ ਜੀ ਜਿਹੜੀ ਹੈਗੀ ਆ ਇਹਦੀ ਸੀ ਆਪਸ਼ਨ ਆ ਜਿਹੜਾ ਉਹ ਉੱਤਰ ਆਊਗਾ ਸੋ ਇਸ ਤਰੀਕੇ ਨਾਲ ਆਪਾਂ ਇਹਨੂੰ ਹੱਲ ਕਰ ਸਕਦੇ ਹਾਂ ਜੀ ਅੱਗੇ ਹੈ ਜੀ ਲਾਭ ਪ੍ਰਤੀ ਜਿਹੜਾ ਵੀ ਫਾਰਮੂਲਾ ਜਿਹੜਾ ਵੀ ਸਵਾਲ ਤੁਸੀਂ ਕਰਨਾ ਉਹਦਾ ਫਾਰਮੂਲਾ ਜੇਕਰ ਤੁਹਾਨੂੰ ਸਹੀ ਪਤਾ ਹੈਗਾ ਤੁਸੀਂ ਉਹ ਸਵਾਲ ਨੂੰ ਸਹੀ ਕਰ ਸਕੋਗੇ ਜੇ ਨਹੀਂ ਪਤਾ ਫੇਰ ਆ ਜਿਹੜੀ ਸਮੱਸਿਆ ਬਣ ਸਕਦੀ ਆ ਪਰ ਜਿਹੜੇ ਬੱਚੇ ਨੂੰ ਫਾਰਮੂਲੇ ਆਉਂਦੇ ਆ ਚੰਗੀ ਤਰ੍ਹਾਂ ਇਹ ਸਾਰੇ ਯਾਦ ਰੱਖਿਆ ਕਰੋ ਇਹਦੇ ਨਾਲ ਦੇ ਸਵਾਲ ਆ ਜਿਹੜੇ ਆਉਂਦੇ ਹੀ ਆਉਂਦੇ ਆ ਹਰ ਵਾਰ ਸੋ ਇਸ ਕਰਕੇ ਸਾਰੇ ਕਿਆ ਨਾਲ ਕਰਨਾ ਹੈ ਇਹ ਲੱਗੇ ਜੀ ਇੱਕ ਆਪਣੇ ਕੋਲੇ ਇੱਕ ਕ੍ਰਿਕਟ ਦੇ ਖਿਡਾਰੀ ਦੀ 24 ਪਾਰੀਆਂ ਵਿੱਚ ਰਨਾਂ ਦੀ ਔਸਤ 28 ਰਨ ਹੈ ਉਹ 25ਵੀਂ ਪਾਰੀ ਵਿੱਚ ਕਿੰਨੇ ਰਨ ਬਣਾਏ ਤਾਂ ਜੋ ਉਸ ਦੀ ਔਸਤ 29 ਹੋ ਜਾਵੇ ਹਾਂਜੀ ਕਿੰਨੀ ਹੋ ਜਾਵੇ 28 ਹੋ ਜਾਵੇ ਉਹ ਕਿੰਨੇ ਰਨ ਬਣਾਵੇ ਹੋਰ ਆਪਣੇ ਕੋਲੇ ਉਹਨੇ 24 ਪਾਰੀਆਂ ਖੇਡੀਆਂ 23ਵੀਂ ਪਾਰੀ ਵਿੱਚੋਂ ਕਿੰਨੇ ਰਨ ਬਣਾਵੇ ਇਹਦਾ ਮਤਲਬ ਕੁੱਲ ਉਹਨੇ ਜਿਹੜੀ ਹੈਗੀ ਆ ਔਸਤ ਕੱਢੀ ਜਾਂਦੀ ਹੈ ਸੰਖਿਆਵਾਂ ਦਾ ਜੋੜ ਠੀਕ ਆ ਸੰਖਿਆਵਾਂ ਦਾ ਸੰਖਿਆਵਾਂ ਆਸਤ ਜਿਹੜੀ ਹੁੰਦੀ ਆ ਔਸਤ ਆਪਾਂ ਨੂੰ ਪਤਾ ਕਾਦੇ ਬਰਾਬਰ ਹੁੰਦੀ ਆ ਸੰਖਿਆਵਾਂ ਦਾ ਜੋੜ ਸੰਖਿਆਵਾਂ ਦੀ ਸੰਖਿਆ ਸੰਖਿਆਵਾਂ ਦੀ ਗਿਣਤੀ ਕਿੰਨੀ ਆ ਹੁਣ ਦੇਖੋ ਔਸਤ ਉਹਨੇ ਕੱਢ ਲਈ ਕਿੰਨੀ ਔਸਤ ਉਹਨੇ ਕੱਢ ਲਈ ਉਹ ਕਹਿੰਦਾ 24 ਪਾਰੀਆਂ ਵਿੱਚ ਇਹਦਾ ਮਤਲਬ ਪਾਰੀਆਂ ਸਿਗੀਆਂ 24 ਠੀਕ ਹੈ ਜੀ ਔਸਤ ਉਹਨੇ ਕੱਢੀ 28 ਰਣਾ ਔਸਤ ਇੱਕ ਕ੍ਰਿਕਟ ਦੇ ਖਿਡਾਰੀ ਦੀ 24 ਪਾਰੀਆਂ ਵਿੱਚ ਰਣਾ ਔਸਤ 28 ਰਨ ਹੈ ਔਸਤ ਹੈਗੀ 28 ਰਨ ਠੀਕ ਹੈ ਜੀ ਸੰਖਿਆ ਕਿੰਨੀ ਸੀ ਆਪਾਂ ਨੂੰ ਪਤਾ ਨਹੀਂ ਹੈਗਾ ਤੋ ਇਸ ਕਰਕੇ ਇਹ ਜਿਹੜੀ ਹੈਗੀ ਔਸਤ ਆਪਾਂ ਹੁਣ ਕੀ ਕਹਿੰਦਾ ਉਹ ਅੱਗੇ ਕਹਿੰਦਾ ਉਹ 25 ਪਾਰੀਆਂ ਵਿੱਚ ਕਿੰਨੇ ਰਨ ਬਣਾਵੇ ਕਿ ਉਸ ਦੀ ਔਸਤ 29 ਹੋ ਜਾਵੇ ਹੁਣ ਔਸਤ ਚਾਹੀਦੀ ਹੈ ਆਪਣੇ ਕੋਲੇ 29 ਠੀਕ ਹੈ ਜੀ ਅੱਗੇ ਹੈ ਜੀ 29 ਜਦੋਂ ਲਾਉਂਦੇ ਪਹਿਲਾਂ ਸੰਖਿਆਵਾਂ ਜਿਹੜੀ ਹੈਗੀ ਆਪਾਂ ਉਹ ਕੱਢਣੀ ਪਊਗੀ ਆਪਾਂ ਨੂੰ 28 ਨੂੰ ਗੁਣਾ ਕਰਨੀ ਪਊਗਾ ਇਹਦੇ ਨਾਲ 24 ਦੇ ਨਾਲ ਆਪਾਂ ਨੂੰ ਸੰਖਿਆਵਾਂ ਪਤਾ ਲੱਗਣਾ 24 ਤੱਕ ਕਿੰਨੀਆਂ ਜਿਹੜੀ ਹੈਗੀ ਉਹਦੀ ਔਸਤ ਆ ਅੱਗੇ ਆਪਾਂ ਨੂੰ ਪਤਾ ਲੱਗ ਜਾਊਗਾ ਕਿੰਨੀਆਂ ਹੈ ਜਿਹੜੀ ਕਿਹਦੇ ਨਾਲ ਕਿੰਨੀਆਂ ਹੈ ਜਿਹੜੀ ਕੱਢਦੇ ਆਪਾਂ ਠੀਕ ਹੈ ਜੀ ਪਹਿਲਾਂ 28 ਨੂੰ 24 ਨਾਲ ਜਦੋਂ ਆਪਾਂ ਗੁਣਾ ਕਰਦੇ ਹਾਂ 28 24 8 ਚੋਕਾ 32 3 ਹਸਲ 4 ਦੁਣੀ 8 8 3 11 8 ਦੁਣੀ 16 1 2 ਦੁਣੀ 4 ਤੇ 1 5 2 7 6 672 ਇਹਦਾ ਮਤਲਬ ਆ ਗਿਣਤੀ ਜਿਹੜੀ ਹੋ ਗਈ 672 ਆ ਗਈ ਆਪਣੇ ਕੋਲ 672 ਇੱਥੇ ਹੁਣ ਹੈਗੀਆਂ 29 ਔਸਤ ਆਉਂਦੀ ਹੈ ਉਹਦੀ ਤੇ ਪਾਰੀਆਂ ਕਿੰਨੀ ਹੈਗੀਆਂ 25 25 ਤੇ ਇਹਦੇ ਚ ਆਪਾਂ ਕੱਢ ਲੈਨੇ ਆ ਵੀ ਕਿੰਨਾ ਇਹਦਾ ਫਰਕ ਪੈਂਦਾਗਾ ਹੁਣ 29 ਨੂੰ 25 ਨਾ ਕਰ ਦਿੰਨੇ ਆ 29 ਨੂੰ ਕਰ ਦਿੰਨੇ ਆ 25 ਨਾਲ ਠੀਕ ਹੈ ਜੀ 25 ਨਾ 95 95 45 ਹਸ ਲਾ ਕੇ 4 5 ਦੋਣੀ 10 ਤੇ 4 14 ਗੁਣਾ 9 ਦੋਣੀ 18 1 2 ਦੋਣੀ 4 ਤੇ 1 5 5 ਦੇ 5 8 ਚਾਰ 12 ਲੱਗ ਦੋ ਇੱਕ ਹੰਸ ਲਓ 6 ਤੇ 1 7 5 ਦੇ 5 8 ਚਾਰ 12 ਠੀਕ ਹੈ ਜੀ ਤੇ 12 ਤੇ 1 ਹਸਲ ਆ ਗਿਆ 7 725 ਇਹਦਾ ਮਤਲਬ ਇਹਦੇ ਲਈ 725 ਰਾਨਾ ਜਿਹੜੇ ਹੈਗੇ ਉਹਨੂੰ ਬਣਾਉਣੇ ਪੈਣਗੇ ਇੱਥੇ ਬਣਾਇਆ ਉਹਨੇ 672 ਔਸਤ ਚਾਹੀਦੀ 29 ਲੈ ਤੇ 725 725 ਰਾਨਾ ਦੇ ਵਿੱਚੋਂ ਆਪਾਂ ਕਿੰਨੇ 672 ਰਾਨਾ ਜਿਹੜੀ ਹੈਗੇ ਆ ਘਟਾ ਦੇਾਂਗੇ ਐਨੇ ਰਾਨਾ ਜਿਹੜੇ ਉਹਨੂੰ ਹੋਰ ਬਣਾਉਣੇ ਪੈਣਗੇ ਪੰਜਾਂ 'ਚੋਂ 2 ਕੱਢੇ 3 ਹਾਂਜੀ 12 'ਚੋਂ 7 ਕੱਢੇ 5 53 ਰਾਨਾ ਜਿਹੜੇ ਉਹਨੂੰ ਹੋਰ ਬਣਾਉਣੇ ਪੈਣਗੇ ਹੋਰ ਬਣਾਉਣੇ ਪੈਣਗੇ ਇਹਦੀ ਆਪਸ਼ਨ ਆ ਜਿਹੜੀ ਹੈਗੀ 53 ਰਾਨਾ ਜਿਹੜੀ ਹੈਗੀ ਦੀ ਆਪਸ਼ਨ ਆ ਗਈ ਆਪਣੇ ਕੋਲੇ ਡੀ ਆਪਸ਼ਨ ਆ ਜਿਹੜੀ ਇਹਦੇ ਵਿੱਚ ਸਹੀ ਹੋਊਗੀ ਸੋ ਇਸ ਤਰੀਕੇ ਨਾਲ ਆਪਾਂ ਸਵਾਲ ਆ ਜਿਹੜਾ ਹੈਗਾ ਪਹਿਲਾਂ 28 ਦੀ ਆਸਤ ਕੱਢੀ ਫਿਰ 29 ਦੇ ਹਿਸਾਬ ਦੇ ਨਾਲ ਗਿਣਤੀ ਜਿਹੜੀ ਹੈਗੀ ਸੰਖਿਆਵਾਂ ਦਾ ਜੋੜ ਕੱਢ ਲਿਆ ਆਪਾਂ ਕੱਢਣ ਤੋਂ ਬਾਅਦ ਸਾਡੇ ਕੋਲੇ ਸਾਹਮਣੇ ਆ ਗਿਆ ਉਹਦੇ ਵਿੱਚੋਂ ਘਟਾ ਕੇ ਅਸੀਂ ਜਿਹੜੇ ਰਾਨ ਹੋਰ ਬਣਾਉਣੇ ਪੈਣਗੇ ਇਸ ਤਰੀਕੇ ਨਾਲ ਨੂੰ ਸਵਾਲ ਨੂੰ ਕਰ ਸਕਦੇ ਹਾਂ ਇੱਕ ਰਕਮ ਕਹਿੰਦਾ 16 ਸਾਲਾਂ ਵਿੱਚ ਸਧਾਰਨ ਵਿਆਜ ਨਾਲ ਦੁੱਗਣੀ ਹੋ ਜਾਂਦੀ ਹੈ ਸਲਾਨਾ ਦਰ ਹੋਵੇਗੀ ਦੁੱਗਣੀ ਹੋ ਜਾਂਦੀ ਹੈ ਇੱਕ ਰਕਮ ਆ ਜਿਹੜੀ ਹੈਗੀ ਆ ਉਹ ਸਧਾਰਨ ਵਿਆਜ ਨਾਲ ਕਿੰਨੇ ਸਾਲਾਂ ਦੇ ਵਿੱਚ ਆਪਾਂ ਨੂੰ ਪਤਾ ਸਧਾਰਨ ਵਿਆਜ ਦੇ ਵਿੱਚ ਸਾਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਹੁੰਦੀਆਂ ਆਪਾਂ ਨੂੰ ਸਲਾਨਾ ਦਰ ਹੋਵੇਗੀ ਦਰ ਕੱਢਣੀ ਆ ਇਹਦੇ ਵਿੱਚ ਤੇ ਸਲਾਨਾ ਦਰ ਆ ਜਿਹੜੀ ਹੈਗੀ ਕਿੰਨੀ ਹੋਵੇਗੀ ਸਮਾਵਿਧਤਾ ਵੈ ਸੁਧਾਰਨ ਵਿਆਜ ਦਾ ਆਪਾਂ ਨੂੰ ਪਤਾ ਹੈਗਾ ਸੁਧਾਰਨ ਵਿਆਜ ਕਾ ਤੇ ਬਰਾਬਰ ਹੁੰਦਾ ਮੂਲ ਧਨ ਗੁਣਾ ਦਰ ਗੁਣਾ ਸਮਾਂ ਇੱਕ ਚੀਜ਼ ਨਾ ਪਤਾ ਹੋਵੇ ਬਾਕੀ ਆਪਾਂ ਕੱਢ ਲੈਣੇ ਨੇ ਤਾਂ ਇੱਕ ਆਪਾਂ ਇੱਥੇ ਮੰਨ ਲੈਂਦੇ ਹਾਂ ਮੂਲ ਧਨ ਹੈਗਾ 100 ਮੰਨ ਲਓ ਮੂ ਕਿਉਂਕਿ ਇਹਨੇ ਕੀ ਦਿੱਤਾ ਹੋਇਆ ਇੱਕ ਰਕਮ ਕਹਿੰਦਾ 16 ਸਾਲ ਵਿੱਚ ਸੁਧਾਰਨ ਵਿਆਜ ਨਾਲ ਸਮਾਂ ਦਿੱਤਾ ਹੋਇਆ 16 ਸਾਲਾਂ ਦਾ ਸੁਧਾਰਨ ਵਿਆਜ ਦੇ ਨਾਲ ਉਹ ਦੁੱਗਣੀ ਹੋ ਜਾਂਦੀ ਹੈ ਠੀਕ ਹੈ ਜੀ ਸਲਾਨਾ ਦਰ ਹੋਵੇਗੀ ਦਰ ਕੱਢਣੀ ਹੈ ਇਹਦੇ ਵਿੱਚ ਆਪਾਂ ਮੰਨ ਲੈਨੇ ਮੂਲ ਧਨ ਮੰਨ ਲਵੋ ਮੰਨ ਲਵੋ ਮੂਲ ਧਨ ਹੈਗਾ 100 ਰੁਪਏ ਠੀਕ ਹੈ ਜੀ ਤੇ ਦਰ ਹੈਗੀ ਆ ਦਰ ਹੈਗੀ ਆਪਣੇ ਕੋਲੇ ਕੱਢਣੀ ਆ ਆਪਾਂ ਸਮਾਂ ਹੈਗਾ 16 ਸਾਲ ਸਮਾਂ ਹੈਗਾ 16 ਸਾਲ ਠੀਕ ਹੈ ਜੀ ਮੂਲ ਧਨ ਆਪਾਂ ਨੂੰ ਪਤਾ ਮੂਲ ਧਨ ਆ ਜਿਹੜਾ ਹੈਗਾ ਮੰਨ ਲਿਆ ਆਪਾਂ 100 ਇਹਦਾ ਮਤਲਬ ਕੁੱਲ ਧਨ ਕਿੰਨਾ ਹੋਊਗਾ ਕੁੱਲ ਧਨ ਦੁੱਗਣੀ ਹੋ ਜਾਂਦੀ ਹੈ ਇਹਦਾ ਮਤਲਬ 200 ਰੁਪਏ ਹੋ ਜਾਂਦੀ ਹੈ ਕੁੱਲ ਧਨ ਵੀ ਆਪਣੇ ਕੋਲ ਨਿਕਲਿਆ ਕੁੱਲ ਧਨ 200 ਰੁਪਏ ਹੋ ਗਿਆ ਠੀਕ ਹੈ ਜੀ ਇੱਥੋਂ ਆਪਾਂ ਨੂੰ ਪਤਾ ਲੱਗਦਾ ਦਰ ਕੱਢਣੀ ਹੈ ਆਪਾਂ ਨੂੰ ਕੀ ਕੀ ਚਾਹੀਦਾ ਹੁੰਦਾ ਮੂਲ ਧਨ ਅ ਸੁਧਾਰਨ ਵਿਆਜ ਸੁਧਾਰਨ ਵਿਆਜ ਵੀ ਇੱਥੋਂ ਨਿਕਲੇਗਾ ਕਿਉਂਕਿ 100 ਰੁਪਏ ਸੀ ਦੁੱਗਣੀ ਹੋਈ ਹੈ 200 ਰੁਪਏ ਸੁਧਾਰਨ ਵਿਆਜ ਆ ਗਿਆ ਆਪਣੇ ਕੋਲੇ 100 ਰੁਪਏ ਕਿਉਂਕਿ 200 ਦੇ ਵਿੱਚੋਂ ਜਿਹੜੇ ਕੁੱਲ ਧਨ ਦੇ ਵਿੱਚੋਂ ਮੂਲ ਧਨ ਘਟਾਤਾ ਆਪਾਂ ਆਪਣੇ ਕੋਲ ਕਿੰਨਾ ਆ ਗਿਆ 100 ਆ ਗਿਆ ਸਧਾਰਨ ਵਿਆਜ ਹੁੰਦਾ ਮੂਲ ਧਨ ਗੁਣਾ ਦਰ ਗੁਣਾ ਸਮਾਂ बटे ਕੀ ਹੁੰਦਾ 100 ਸਧਾਰਨ ਵਿਆਜ ਕਿੰਨਾ ਪਿਆ ਗਿਆ ਫਿਰ 100 ਰੁਪਏ ਹਾਂਜੀ ਬਰਾਬਰ ਮੂਲ ਧਨ ਕਿੰਨਾਗਾ 100 ਰੁਪਏ ਦਰ ਕਿੰਨੀ ਆ ਪਤਾ ਕਰਨੀ ਆ ਸਮਾਂ ਕਿੰਨਾ 16 ਸਾਲ बटे ਹੋ ਗਿਆ 100 ਆ 100 ਨਾਲ 100 ਕਟਿਆ ਗਿਆ ਤੇ ਆ ਜਿਹੜਾ ਹੈਗਾ ਦਰ ਦਰ ਜਿਹੜੀ ਹੈਗੀ ਆ ਦਰ ਨੂੰ ਇੱਧਰ ਰੱਖ ਲਈਏ ਬਾਕੀ ਸਾਰਾ ਕੁਝ ਇੱਧਰ ਚੱਕ ਲਈਏ 100 ਆ ਦਰ ਦੇ ਨਾਲ 16 ਇਧਰ ਗੁਣਾ ਹੋਇਆ ਇਧਰ ਆ ਕੇ ਕੀ ਹੋ ਜੂਗਾ ਇਹ ਭਾਗ ਹੋ ਜੂਗਾ ਰਹਿ ਜੂਗੀ ਦਾਰ ਅੱਗੇ ਆਪਾਂ ਦੇਖ ਲੈਨੇ ਆਪਸ਼ਨ ਦੇ ਵਿੱਚ ਉਹਨਾਂ ਨੇ ਕਿਹੜੇ ਢੰਗ ਨਾਲ ਦਿੱਤੀ ਵੀ ਆਪਸ਼ਨ ਅ ਅੱਗੇ ਆਪਾਂ ਕੱਟ ਲੈਨੇ ਆ ਨੂੰ 4 ਤੇ ਇਹ ਕਟਿਆ ਗਿਆ 25 ਚੌਕਾ 100 ਹਾਂਜੀ ਚੌਕਮ ਚੌਕੀ 16 ਤੇ ਦਾਰ ਆ ਗਈ ਆਪਣੇ ਕੋਲੇ 25/4 ਇਹਨਾਂ ਨੇ ਅੱਗੇ ਭਿੰਨ ਦੇ ਰੂਪ ਵਿੱਚ ਦਿੱਤਾ ਵਿਆ ਇਹਦੀ ਸਹੀਆਂ ਬਣਾਈਆਂ ਵੀਆਂ ਸਹੀ ਬਣਾਈਆ 6 ਸਹੀ 1/4 ਪ੍ਰਤੀਸ਼ਤ ਜਿਹੜੀ ਹੈਗੀ ਦਰ ਬਣ ਗਈ ਇਹ 6 4 24 ਤੱਕ 25 25 4 ਆ ਉੱਤਰ ਆ ਜਿਹੜਾ ਹੈਗਾ ਦੂਜੀ ਆਪਸ਼ਨ ਆ ਜਿਹੜੀ ਇਹਦੇ ਵਿੱਚ ਉਹ ਕਿਉਂਕਿ ਇਹਨੇ ਉੱਤਰ ਆ ਜਿਹੜਾ ਹੈਗਾ ਸਹੀਆਂ ਦੇ ਵਿੱਚ ਬਣਾ ਕੇ ਕੱਢਿਆ ਵਾ ਇਹ ਆਪਣੀ ਕੋਲੇ ਸਲਾਨਾ ਜਿਹੜੀ ਦਰ ਆ ਉਹ ਆ ਗਈ ਆ ਅੱਗੇ ਚੱਲਦੇ ਆ ਜੀ ਉਹ ਵੱਡੀ ਤੋਂ ਵੱਡੀ ਸੰਖਿਆ ਜਿਹੜੀ 270 ਅਤੇ 426 ਨੂੰ ਭਾਗ ਕਰਨ ਤੇ ਹਰ 1 ਵਿੱਚ ਬਾਕੀ 6 ਦਿੰਦੀ ਹੈ ਉਹ ਕਿਹੜੀ ਸੰਖਿਆ ਦੇ ਨਾਲ 270 ਆ ਜਿਹੜੀ ਹੈਗੀ ਆ 270 ਤੇ 400 26 ਆ ਜਿਹੜੀ ਹੈਗੀ ਆ ਭਾਗ ਕਰਨ ਤੇ ਇਹਨਾਂ ਨੂੰ ਭਾਗ ਕਰੀਏ ਕਿਹੜੀ ਸੰਖਿਆ ਦੇ ਨਾਲ ਹਰ ਇੱਕ ਵਾਰੀ 6 ਵਚਣ ਜੇ ਉਹਨੂੰ ਵੀ ਕਰੀਏ ਤਾਂ ਵੀ 6 ਵਚਣ ਜੇ ਉਹਨੂੰ ਵੀ ਕਰੀਏ ਤਾਂ ਵੀ 6 ਵਚਣ ਤਾਂ ਉਹ ਕਿਹੜੀ ਸੰਖਿਆ ਜਿਹੜੀ ਹੈਗੀ ਆ ਸਾਡੇ ਕੋਲੇ ਹੋਊਗੀ ਉਹ ਆਪਾਂ ਕੱਢਣੀ ਆ ਜਿਵੇਂ ਆਪਾਂ 270 ਅਤੇ 426 ਨੂੰ ਭਾਗ ਕਰਨ ਤੇ ਹਰ ਇੱਕ ਵਿੱਚ ਬਾਕੀ 6 ਉਹਨਾਂ ਨੂੰ ਆਪਸ਼ਨ ਦਿੱਤੇ ਆ ਵੀ 270 ਇੱਕ ਹੈਗੀ ਸੰਖਿਆ 270 270 ਦੂਜੀ ਹੈਗੀ ਹੈ ਜੀ 426 426 ਤੇ ਥੱਲੇ ਆਪਸ਼ਨਾਂ ਦਿੱਤੀਆਂ ਇਹਨਾਂ ਚੋਂ ਕਿਹੜੇ ਨਾਲ ਭਾਗ ਕਰੀਏ ਹਰੇਕ ਵਾਰੀ 6 ਬਾਕੀ ਬਚਣ 6 ਬਾਕੀ ਬਚਣ 6 ਬਾਕੀ ਬਚਣ ਠੀਕ ਹੈ ਜੀ ਤਾਂ ਆਪਾਂ ਕੀ ਕਰਦੇ ਆ ਆਪਾਂ ਨੇ ਕੋਲੇ ਆਪਸ਼ਨਾਂ ਦਿੱਤੀਆਂ ਇਹਨੇ 12 ਠੀਕ ਹੈ ਜੀ b ਹੈਗੀ ਆ 22 ਤੇ c ਹੈਗੀ ਆਪਣੇ ਕੋਲੇ 30 ਠੀਕ ਹੈ ਜੀ ਅੱਗੇ ਆ ਗਏ ਆਪਣੇ ਕੋਲੇ d ਹੈਗੀ ਆ 36 d ਹੈਗੀ ਆ 36 ਕਿਹਦੇ ਨਾਲ ਇਹਨੂੰ ਭਾਗ ਕਰੀਏ ਕਿ ਆਪਣੇ ਕੋਲੇ 6 ਬਚ ਜਾਣ ਬਹੁਤ ਸੌਖਾ ਸਵਾਲ ਆ ਇੱਥੇ ਕਰਾਂਗੇ ਆਪਾਂ ਲੰਮਾ ਹੋਊਗਾ ਇਸ ਕਰਕੇ ਹਰੇਕ ਬੱਚੇ ਨੇ ਇਹ ਸਵਾਲ ਆਪ ਦੇ ਆਪ ਕਰਨਾ ਤੁਸੀਂ ਕਿਉਂਕਿ ਇਕੱਲੇ-ਇਕੱਲੇ ਨੂੰ ਵੀ ਕਰਕੇ ਦੇਖ ਲਓ ਤਾਂ ਵੀ ਤੁਹਾਡੀ ਪ੍ਰੈਕਟਿਸ ਹੋਊਗੀ ਨਾਲ ਜੇ ਮੈਂ ਕਰਨ ਲੱਗਾ ਤਾਂ ਫਿਰ ਉਹ ਤਾਂ ਕੋਈ ਐ ਨਹੀਂ ਹੈਗਾ ਕਿਉਂਕਿ ਰੱਟੇ ਦਾ ਸਵਾਲ ਨਹੀਂ ਹੈਗਾ ਨਾਈਏ ਦੇ ਵਿੱਚ ਕੋਈ ਫਾਰਮੂਲਾ ਸਿੱਧਾ ਹੈਗਾ ਤਰੀਕਾ ਵੀ ਤੁਸੀਂ ਇਹਨਾਂ ਨੂੰ ਭਾਗ ਕਰਕੇ ਦੇਖੋ ਵੀ ਕਿਹਦੇ ਨਾਲ ਇਹ ਜਿਹੜੇ ਹੈਗੇ ਆ 6 ਵਜੇ ਆਣਗੇ ਬਾਕੀ ਉਹਨਾਂ ਨਾਲ ਕਰਕੇ ਦੇਖ ਲਿਓ ਜਿਹੜਾ ਵੀ ਇਹਦੇ ਵਿੱਚ ਆਨਸਰ ਆਇਆ ਤੁਸੀਂ ਆਪ ਦੇ ਆਪ ਇਹ ਸਵਾਲ ਕਰਨਾ ਸੌਖਾ ਸਵਾਲ ਆ ਸਾਰਿਆਂ ਨੂੰ ਵੰਡ ਕੇ ਦੇਖਣਾ ਇਹਨਾਂ ਦੋਨਾਂ ਤੇ ਅੱਛਾ 6 ਵਜੇ ਬਾਕੀ ਬਜਨੇ ਚਾਹੀਦੇ ਹਰੇਕ ਵੇਲੇ ਅੱਗੇ ਆ ਜੀ ਉਹ ਸੰਖਿਆ ਕਿਹੜੀ ਹੈ ਜਿਹੜੀ 4 8 ਤੇ 6 ਤਿੰਨਾਂ ਦਾ ਗੁਣਜ ਹੈ ਤਿੰਨਾਂ ਦਾ ਗੁਣਜ ਹੈ ਉਹ ਕਿਹੜੀ ਸੰਖਿਆ ਹੈ ਕੀ 4 ਦਾ ਵੀ 6 ਦਾ ਵੀ ਔਰ 8 ਦਾ ਵੀ ਗੁਣਜ ਇਹਦਾ ਮਤਲਬ 8 ਦੇ ਭਾੜੇ ਦੇ ਉੱਤੇ ਵੀ ਵੰਡੀ ਜਾਵੇ ਉਹ 6 ਤੇ ਵੀ 4 ਤੇ ਵੀ ਵੰਡੀ ਜਾਵੇ ਉਹ ਕਿਹੜੀ ਸੰਖਿਆ ਹੈ 4 ਦਾ 4 ਦਾ ਵੀ ਗੁਣਜ 4 ਦਾ ਵੀ 8 ਅਤੇ 6 ਦਾ ਗੁਣਜ ਹੈ ਕਿਹੜੀ-ਕਿਹੜੀਆਂ ਇੱਕ ਤਾਂ ਹੈ ਜੀ ਇਹਨਾਂ ਨੇ ਦਿੱਤੀ ਵੀ ਆ 396 ए ਦਿੱਤੀ ਵੀ ਆ 396 ਠੀਕ ਹੈ ਜੀ ਬੀ ਦਿੱਤੀ ਵੀ ਆਪਣੇ ਕੋਲੇ 654 654 ਤੇ ਡੀ ਸੀ ਦਿੱਤੀ ਵੀ ਆਪਣੇ ਕੋਲੇ ਸੀ ਦਿੱਤੀ ਵੀ ਇਹਨਾਂ ਨੇ 696 696 ਤੇ ਡੀ ਦਿੱਤੀ ਵੀ ਆਪਣੇ ਕੋਲੇ ਡੀ ਦਿੱਤੀ ਵੀ ਆ 5432 540 ਤੇ 32 ਇਹਨਾਂ ਚੋਂ ਕਹਿੰਦਾ ਗੁਣਜ ਹੈ ਜਿਹੜੀ 4 ਦਾ ਵੀ 8 ਦਾ ਵੀ 6 ਦਾ ਵੀ ਇਹਦਾ ਮਤਲਬ ਇਹਨਾਂ ਤੇ ਵੰਡੀ ਜਾਂਦੀ ਹੋਵੇ ਉਹ ਕਿਹੜੀ ਸੰਖਿਆ ਆ ਗਈ ਤਾਂ ਪਹਿਲੀ ਗੱਲ ਤਾਂ ਇਹ ਹੈ ਵੀ 4 ਤੇ ਉਹੀ ਸੰਖਿਆ ਵੰਡੀ ਜਾਂਦੀ ਹੁੰਦੀ ਹੈ ਜਿਹਦੇ ਪਿਛਲੇ ਦੋ ਅੰਕ ਆ ਜਿਹੜੇ ਹੈਗੇ ਉਹ ਵੰਡੇ ਜਾਣ ਠੀਕ ਆ 96 96 ਜਿਹੜਾ ਹੈਗਾ 96 ਦਾ ਜੇਕਰ ਅਸੀਂ 4 ਤੇ ਵੰਡੀਏ ਨੂੰ 4 ਦੋਣੀ 8 ਤੇ ਇਹ ਪਿਛਲੇ ਦੋ ਵੰਡੇ ਆ ਦੇ 96 ਠੀਕ ਆ ਅ ਅੱਗੇ ਆ ਗਏ ਆਪਣੇ ਕੋਲ 6 6 ਤੇ ਉਹ ਸੰਖਿਆ ਵੰਡੀ ਜਾਂਦੀ ਹੁੰਦੀ ਆ ਜਿਹੜੀ 3 ਤੇ ਵੀ ਵੰਡੀ ਜਾਵੇ ਔਰ 2 ਦੇ ਉੱਤੇ ਵੀ ਵੰਡੀ ਜਾਵੇ ਉਹ ਸੰਖਿਆ 6 6 ਦੇ ਉੱਤੇ ਵੀ ਵੰਡੀ ਜਾਂਦੀ ਆ ਆਪਾਂ 3 ਤੇ ਦੇਖ ਲਈ 9 3 12 12 ਤੇ 6 18 12 ਤੇ 6 ਕਿੰਨੇ ਹੁੰਦੇ ਆ 18 ਇਸ ਕਰਕੇ ਇਹ ਜਿਹੜੀ ਹੈਗੀ ਆ 6 ਤੇ ਵੰਡੀ ਜਾਊਗੀ 6 ਦੇ ਵੰਡੀ ਜਾਂਦੀ ਹੈ ਇਹ ਠੀਕ ਆ ਅੱਗੇ ਆ ਦੇਖਦੇ ਆਪਾਂ 6 5 11 11 ਤੇ 4 11 ਤੇ 4 15 ਇਹ ਵੀ 6 ਦੇ ਉੱਤੇ ਵੰਡੀ ਜਾਂਦੀ ਆ ਪਰ 54 ਜਿਹੜੀ ਹੈਗੀ ਆ ਇਹ 4 ਤੇ ਨਹੀਂ ਵੰਡੀ ਜਾਂਦੀਗੀ ਠੀਕ ਆ ਅ 4 ਇੱਕ ਮਹਾ 4 ਤੇ ਨਹੀਂ ਵੰਡੀ ਜਾਂਦੀ ਇਸ ਕਰਕੇ ਆ ਨਹੀਂ ਹੋਊਗੀ ਆਪਣੇ ਕੋਲੇ ਹੁਣ ਇਹਨੂੰ ਦੇਖ ਲੈਨੇ ਆਪਾਂ 9 ਤੇ 6 15 15 ਤੇ 6 19 9 ਤੇ 6 ਕਿੰਨੇ ਹੁੰਦੇ ਆ 15 15 ਤੇ 6 ਕਿੰਨੇ ਹੁੰਦੇ ਆ 19 19 ਆ ਜਿਹੜੀ ਤਿੰਨ ਦੇ ਉੱਤੇ ਨਹੀਂ ਵੰਡੀ ਜਾਂਦੀ ਇਸ ਕਰਕੇ ਇਹ ਵੀ ਨਹੀਂ ਵੰਡੀ ਜਾਊਗੀ 5 ਤੇ 4 9 9 ਤੇ 3 12 12 ਤੇ 2 14 14 ਵੀ ਜਿਹੜੀ ਹੈਗੀ ਨਹੀਂ ਵੰਡੀ ਇਸ ਕਰਕੇ ਆਹੀ ਸੰਖਿਆ ਜਿਹੜੀ 396 ਹੋਊਗੀ ਜਿਹੜੀ ਇਹੀ ਅਚਾਰ ਤੇ ਵੀ ਵੰਡੀ ਜਾਊ 8 ਤੇ ਵੀ ਵੰਡੀ ਜਾਊ ਔਰ 6 ਦੇ ਉੱਤੇ ਵੀ ਵੰਡੀ ਜਾਊਗੀ ਤੁਸੀਂ ਆਪਦੇ ਆਪ ਵੀ ਕੈਲਕੂਲੇਸ਼ਨ ਕਰਕੇ ਦੇਖ ਲੈਣੀ ਹੋ ਸਕਦਾ ਜਿਹੜਾ ਮੈਂ ਇਹ ਕਰਾਇਆ ਹੋਵੇ ਗਲਤ ਹੋਵੇ ਤੁਸੀਂ ਆਪਦੇ ਆਪ ਆਪਦੇ ਜਿਹੜੇ ਹੈਗਾ ਕਾਪੀ ਦੇ ਉੱਤੇ ਇਹਨਾਂ ਨੂੰ ਸੰਖਿਆਵਾਂ ਨੂੰ ਲਿਖ ਕੇ ਆਪਦੇ ਆਪ ਕਰੋ ਹੋ ਸਕਦਾ ਜਿਹੜਾ ਮੈਂ ਦੱਸਿਆ ਤੁਹਾਨੂੰ ਇਹ ਗਲਤ ਹੋਵੇ ਮੈਂ ਆਪਦੇ ਤਰੀਕੇ ਨਾਲ ਜਲਦਬਾਜ਼ੀ ਦੇ ਵਿੱਚ ਕੀਤਾ ਤੁਸੀਂ ਆਪਦੇ ਸਵਾਲ ਨੂੰ ਹੱਲ ਕਰਨਾ ਹੈ ਦੇਖਣਾ ਵੰਡ ਗਿਆ ਲੱਗ ਤੇ ਪ੍ਰੈਕਟਿਸ ਵੀ ਹੋਊਗੀ ਤੁਹਾਡੀ ਨਾਲੇ ਤੁਹਾਨੂੰ ਪਤਾ ਲੱਗੂ ਵੀ ਜਿਹੜਾ ਮੇਰਾ ਸਵਾਲ ਜਿਹੜਾ ਕੀਤਾ ਹੋਵੇ ਇਹਦਾ ਜਵਾਬ ਸਹੀ ਆ ਜਾਂ ਗਲਤ ਠੀਕ ਹੈ ਜੀ ਅੱਗੇ ਚੱਲਦੇ ਆਪਾਂ ਪਹਿਲੀਆਂ ਚਾਰ ਅਪਹਾਜ ਸੰਖਿਆਵਾਂ ਦਾ ਜੋੜ ਕੀ ਹੈ ਪਹਿਲੀਆਂ ਚਾਰ ਅਪਹਾਜ ਸੰਖਿਆਵਾਂ ਦਾ ਜੋੜ ਕੀ ਹੈ ਇਹ ਤੁਹਾਨੂੰ ਪਤਾ ਹੀ ਆ ਵੀ ਪਹਿਲਾਂ ਸਾਨੂੰ ਅਪਹਾਜ ਸੰਖਿਆਵਾਂ ਦਾ ਪਤਾ ਹੋਣਾ ਚਾਹੀਦਾ ਹੈ ਅਪਹਾਜ ਸੰਖਿਆਵਾਂ ਕਿਹੜੀਆਂ ਹੁੰਦੀਆਂ ਆਗੀਆਂ ਉਹਦੇ ਹਿਸਾਬ ਦੇ ਨਾਲ ਆਪਾਂ ਅੱਗੇ ਤੋਰ ਸਕਦੇ ਆ ਇਸ ਜਿਹੜਾ ਹੈਗਾ ਆਪਣਾ ਸਿਸਟਮ ਨੂੰ ਅਪਹਾਸੰਖਿਆਵਾਂ ਆਪਾਂ ਨੂੰ ਪਤਾ ਹੈਗਾ ਕਿ ਕਿਹੜੀਆਂ ਹੁੰਦੀਆਂ ਜਿਨ੍ਹਾਂ ਦੇ ਸਿਰਫ ਦੋ ਹੀ ਗੁਣਖੰਡ ਬਣਦੇ ਐ ਇੱਕ ਤਾਂ ਖੁਦ ਸੰਖਿਆ ਇੱਕ 1 ਹੁੰਦਾ ਜਿਹੜਾ ਦੋ ਹੀ ਗੁਣਖੰਡ ਬਣਦੇ ਉਹ ਅਪਹਾਸੰਖਿਆਵਾਂ ਹੁੰਦੀਆਂ ਪਹਿਲੀਆਂ ਚਾਰ ਸੰਖਿਆਵਾਂ ਦਾ ਅਪਹਾਸੰਖਿਆਵਾਂ ਦਾ ਜੋੜ ਵੈਸੇ ਤਾਂ ਫਾਰਮੂਲਾ ਹੁੰਦਾ ਪਰ ਆਪਾਂ ਬਿਨਾ ਫਾਰਮੂਲੇ ਤੋਂ ਕਰਾਂਗੇ ਆਪਣੇ ਕੋਲ ਪਹਿਲੀ ਆਪਾਂ ਆ ਜੇਗੀ ਐ 2 ਫਿਰ ਹੈਗੀ ਐ 3 ਫਿਰ ਹੈਗੀ ਐ 5 ਫਿਰ ਹੈਗੀ ਐ 7 ਇਹ ਚਾਰੇ ਅਪਹਾਸੰਖਿਆਵਾਂ ਇਹਨਾਂ ਦਾ ਜੋੜ ਪੜ ਪਤਾ ਕਰਾਂਗੇ 7 5 12 12 ਤੇ 3 12 ਤੇ 3 15 15 ਤੇ 2 17 17 ਉੱਤਰ ਆ ਜਿਹੜਾ ਇਹਦਾ ਆ ਗਿਆ ਇਸ ਤਰੀਕੇ ਨਾਲ ਆਪਾਂ ਇਹਨੂੰ ਹੱਲ ਕਰ ਸਕਦੇ ਹਾਂ ਅੱਗੇ ਹੈ ਜੀ ਇੱਕ ਰੇਲ ਗੱਡੀ ਦਿੱਲੀ ਤੋਂ ਚਲਦੀ ਹੈ ਜੀ 8:15 ਮਿੰਟ ਦੇ ਸਵੇਰੇ ਚਲਦੀ ਹੈ ਅਤੇ ਅਜਮੇਰ 2:30 ਮਿੰਟ ਤੇ ਪਹੁੰਚਦੀ ਹੈ ਸ਼ਾਮ ਨੂੰ ਰੇਲ ਗੱਡੀ ਰਾਹੀਂ ਦਿੱਲੀ ਤੋਂ ਅਜਮੇਰ ਪਹੁੰਚਣ ਲੱਗਿਆ ਸਮਾਂ ਠੀਕ ਆ ਸਵਾਲ ਦੇਖਣ ਨੂੰ ਕਈ ਵਾਰ ਸੌਖਾ ਲੱਗਦਾ ਹੁੰਦਾ ਪਰ ਉਹ ਸਮੱਸਿਆ ਖੜੀ ਕਰ ਦਿੰਦਾ ਜੇਕਰ ਸਾਨੂੰ ਪਤਾ ਨਾ ਹੋਵੇ ਉਹਦੇ ਸਹੀ ਤਰੀਕੇ ਨਾਲ ਕਿਉਂਕਿ ਟਾਈਮ ਦੇ ਵਿੱਚ ਇੱਕ ਗੱਲ ਨੂੰ ਧਿਆਨ ਚ ਰੱਖ ਲਓ ਜਿਹੜਾ ਟਾਈਮ ਦੇ ਵਿੱਚ ਹਾਸਲ ਨਹੀਂ ਲੈਣਾ ਕਦੇ ਵੀ ਹਾਸਲ ਲੈ ਕੇ ਜਿਹੜਾ ਮਿੰਟਾਂ ਤੋਂ ਤੁਸੀਂ ਘੰਟਿਆਂ ਦੇ ਵਿੱਚ ਹਾਸਲ ਲੈ ਲੈਨੇ ਉਹ ਗਲਤ ਹੋ ਜਾਂਦਾ ਸਵਾਲ ਹੁਣ ਦੇਖੋ ਟ੍ਰੇਨ ਚੱਲੀ ਆ 8:15 ਤੇ 8:15 ਏਮ ਚੱਲੀ ਆ ਪਹੁੰਚੀ ਕਿੰਨੇ ਵਜੇ ਆ ਉਹ 2:30 pm ਤੇ 2:30 pm ਠੀਕ ਹੈ ਇੱਕ ਤਾਂ ਤਰੀਕਾ ਇਹ ਹੁੰਦਾ ਵੀ ਤੁਸੀਂ ਕੀ ਕਰੋ ਉਹਦੇ ਵਿੱਚੋਂ ਜਿਹੜੀ ਜਦੋਂ ਟ੍ਰੇਨ ਆ ਉਹ ਚੱਲੀ ਆ ਅਖੀਰ ਤੇ ਪਹੁੰਚੀ ਆ ਉਹਦੇ ਵਿੱਚੋਂ ਆ ਘਟਾ ਦਿਓ ਹੁਣ 2:30 ਦੇ ਵਿੱਚੋਂ ਜੇ ਆ ਘਟਾਵਾਂਗੇ ਤਾਂ ਨਿਕਲ ਨਹੀਂ ਨਹੀਂ ਹੈਗੇ ਇਸੇ ਵੀ ਤਰੀਕੇ ਨਾਲ ਫਿਰ ਆਪਾਂ ਕਿਵੇਂ ਕੱਢਾਂਗੇ ਵੀ ਕਿੰਨਾ ਟਾਈਮ ਨੂੰ ਲੱਗਿਆ ਤਾਂ ਸਾਨੂੰ ਕੀ ਕਰਨਾ ਪਊ ਇਹ ਗੱਲ ਨੂੰ ਧਿਆਨ ਚ ਰੱਖ ਲਓ ਬਈ ਅਸੀਂ ਕੀ ਕਰਾਂਗੇ ਫਿਰ ਇਹਦੇ ਵਿੱਚ 12 ਜੋੜ ਦਾਂਗੇ ਨੂੰ 12 ਵਾਲਾ ਪੀ ਐਮ ਨੂੰ 12 ਵਾਲਾ ਟਾਈਮ ਬਣਾ ਲਾਂਗੇ ਜਦੋਂ ਇਹਦੇ ਵਿੱਚ ਅਸੀਂ 12 ਜੋੜ ਦਾਂਗੇ ਹਾਂ ਇਹ ਕਿੰਨਾ ਟਾਈਮ ਆ ਜਿਹੜਾ ਬਣ ਜਾਂਦਾ ਦੇਖੋ ਆਪਣੇ ਕੋਲੇ ਬਣ ਗਿਆ ਇਹ 0 ਦੀ 0 3 ਦੇ 3 ਠੀਕ ਆ ਜੀ 2 ਤੇ 2 4 14:30 ਵਜੇ ਤੇ ਉਹ ਪਹੁੰਚ ਗਈ ਚੱਲੀ ਕਿੰਨੇ ਵਜੇ ਸੀ 8:15 ਤੇ ਹੁਣ ਇਹਦੇ ਚੋਂ ਘਟਾ ਦਿਓ 8:15 ਇੱਕ ਗੱਲ ਦਾ ਧਿਆਨ ਰੱਖਣਾ ਅੱਗੇ ਤੋਂ ਵੀ ਦੱਸ ਦਿਆਂ ਚਾਹੇ ਇਹਦਾ ਜੋੜ ਕਰਨਾ ਚਾਹੇ ਟਾਈਮ ਦਾ ਘਟਾਓ ਕਰਨੀ ਆ ਹਮੇਸ਼ਾ ਮਿੰਟਾਂ ਚੋਂ ਮਿੰਟ ਹੀ ਘਟਾਉਣੇ ਆ ਤੇ ਘੰਟਿਆਂ ਚੋਂ ਘੰਟੇ ਹੀ ਘਟਾਉਣੇ ਆ ਹਾਸਲ ਨਹੀਂ ਲੈਣਾ ਕਈ ਕਈ ਵਾਰ ਆ ਜਾਂਦਾ ਮਿੰਟਾਂ ਦੇ ਵਿੱਚ ਮਿੰਟ ਥੋੜੇ ਹੁੰਦੇ ਇਥੋਂ ਤੁਸੀਂ ਇਥੋਂ ਹਾਸਲ ਲੈ ਲੈਨੇ ਆ ਤੁਹਾਡਾ ਸਵਾਲ ਗਲਤ ਹੋ ਜਾਊਗਾ ਜਦੋਂ ਟਾਈਮ ਦੀ ਗੱਲ ਚੱਲਦੀ ਆ ਉਸ ਸਮੇਂ ਮਿੰਟਾਂ ਚੋਂ ਮਿੰਟ ਹੀ ਘਟਾਉਣੇ ਆ ਜੇ ਮਿੰਟ ਇਥੇ ਛੋਟੇ ਆ ਜਿਹੜੀ ਉੱਪਰਲੇ ਪਾਸੇ ਮਿੰਟ ਘੱਟ ਆਗੇ ਥੱਲੇ ਵਾਲੇ ਵੱਧ ਆ ਤਾਂ ਤੁਸੀਂ ਇਧਰੋਂ ਇੱਕ ਘੰਟਾ ਲੈ ਲੈਣਾ ਉਹਦੇ 60 ਜੋੜ ਦੇਣੇ ਆ ਉਹਦੇ ਵਿੱਚ ਠੀਕ ਆ ਇਸ ਤਰੀਕੇ ਨਾਲ ਤੁਸੀਂ ਕਰ ਸਕਦੇ ਆ ਹੁਣ ਆਪਾਂ ਕਰਦੇ ਆ ਇਹ ਚੋਂ ਕਿੰਨੇ ਰਹਿ ਗਏ ਇਹ ਦਸਾਂ ਦੇ ਵਿੱਚੋਂ 30 15 30 ਦੇ ਵਿੱਚੋਂ 15 ਕੱਢੇ ਤਾਂ 15 ਹੀ ਰਹਿ ਗਏ ਨਾ ਆਪਣੇ ਕੋਲੇ ਠੀਕ ਹੈ ਜੀ 15 ਉੱਤਰ ਆ ਗਿਆ ਅੱਗੇ ਆ ਜੀ ਹਾਂ ਜੀ ਕਿੰਨਾ ਰਹਿ ਗਿਆ 8 ਤੇ 6 ਬਾਕੀ ਇਹਦਾ ਮਤਲਬ 6 ਘੰਟੇ 15 ਮਿੰਟ ਉਹਨੂੰ ਟਾਈਮ ਆ ਜਿਹੜਾ ਹੈਗਾ ਲੱਗਿਆ ਠੀਕ ਹੈ 6 ਘੰਟੇ ਤੇ 15 ਮਿੰਟ ਜਿਹੜਾ ਹੈਗਾ ਉਹਨੂੰ ਸਮਾਂ ਲੱਗਿਆ ਜਿਹਦੇ ਨਾਲ ਕਿ ਉਹਨਾਂ ਨੇ ਟ੍ਰੇਨ ਨੂੰ ਉੱਥੇ ਅਜਮੇਰ ਪਹੁੰਚਣ ਨੂੰ ਇਸ ਤਰ੍ਹਾਂ ਤਰੀਕੇ ਦੇ ਨਾਲ ਪਹੁੰਚੀ ਤੇ ਉਹਨੂੰ 6:00 ਵਜੇ 6 ਘੰਟੇ ਤੇ 15 ਮਿੰਟ ਦਾ ਟਾਈਮ ਲੱਗਿਆ ਅੱਗੇ ਜੀ ਇੱਕ ਮੈਚ ਕੁੱਲ ਅੱਧਾ ਘੰਟਾ ਚੱਲਦਾ ਹੈ ਮੈਚ ਦੇ ਸਮੇਂ ਦਾ 1/10 ਭਾਗ ਟਾਈਮ ਆ ਆਊਟ ਦੇ ਲਈ ਲਿਆ ਜਾਂਦਾ ਹੈ ਇਹ ਟਾਈਮ ਆਊਟ ਕਿੰਨੇ ਮਿੰਟਾਂ ਦਾ ਹੁੰਦਾ ਹੈ 1 ਮਿੰਟ 30 ਆਪਾਂ ਨੂੰ ਪਤਾ ਹੈਗਾ ਇੱਕ ਮੈਚ ਆ ਜਿਹੜਾ ਕਹਿੰਦਾ ਅੱਧਾ ਘੰਟਾ ਚੱਲਦਾ ਇੱਕ ਮੈਚ ਕੁੱਲ ਅੱਧਾ ਘੰਟਾ ਚੱਲਦਾ ਇੱਕ ਮੈਚ ਆ ਜਿਹੜਾ ਹੈਗਾ ਇੱਕ ਮੈਚ ਆ ਜਿਹੜਾ ਹੈਗਾ ਮੈਚ 30 ਮਿੰਟ ਚੱਲਦਾ ਸਮਝ ਲੈ 30 ਮਿੰਟ ਚੱਲਦਾ ਤੇ 1/10 ਭਾਗ ਟਾਈਮ ਆਊਟ ਤੇ ਇਹਦਾ ਮਤਲਬ 30 ਮਿੰਟ ਦਾ 1/10 ਭਾਗ ਕਿੰਨਾ ਹੋਊਗਾ 3 ਨਾ 1/10 0 ਦਾ 0 3 ਦੇ 3 3 ਮਿੰਟ ਆ ਜਿਹੜਾ ਹੈਗਾ ਉਹਦਾ ਟਾਈਮ ਹੋਊਗਾ 10 ਦਾ ਮਤਲਬ ਹੁੰਦਾ ਗੁਣਾ 30 ਮਿੰਟ ਦਾ 1/10 ਕਿਉਂਕਿ ਉਹਨਾਂ ਨੇ ਕਿਹਾ ਵੀ ਆਊਟ ਟਾਈਮ ਆਊਟ ਜਿਹੜਾ ਹੈਗਾ ਚੱਲਦਾ ਟਾਈਮ ਆਊਟ ਦਾ ਟਾਈਮ ਕਿੰਨਾ ਸੀ ਟਾਈਮ ਆਊਟ ਕਿੰਨਾ ਸੀਗਾ ਇਹ 1/10 ਹਿੱਸਾ ਠੀਕ ਹੈ 3 ਮਿੰਟ ਦਾ 1/10 ਜਿਹੜਾ ਹੁੰਦਾ ਉਹ ਤੁਹਾਡੇ ਕੋਲੇ 3 ਮਿੰਟ ਦੇ ਨਿਕਲ ਕੇ ਆ ਗਿਆ ਦਾ ਦਾ ਮਤਲਬ ਹੁੰਦਾ ਗੁਣਾ ਆ ਜ਼ੀਰੋ ਨਾਲ ਜ਼ੀਰੋ ਜਿਹੜੀ ਹੈਗੀ ਇਹ ਕੱਟੀ ਗਈ ਇਸ ਤਰੀਕੇ ਨਾਲ ਅਸੀਂ ਇਹਨੂੰ ਹੱਲ ਕਰ ਸਕਦੇ ਹਾਂ ਅੱਗੇ ਹੈ ਜੀ ਹੇਟ ਲਿਖੇ ਬਿੰਜਕ ਦਾ ਪੂਰਨ ਸੰਖਿਆ ਵਿੱਚ ਨੇੜੇ ਦਾ ਮਾਣ ਪਤਾ ਕਰੋ ਇਹ ਵੀ ਸੌਖਾ ਸਵਾਲ ਆ ਤੁਸੀਂ ਆਪਣੇ ਆਪ ਕਰਿਓ ਕਿਵੇਂ ਕਰੋਗੇ ਉਸ ਤਰੀਕੇ ਨਾਲ ਇਹਨੂੰ ਕਰ ਲਿਓ ਅ ਮੈਂ ਤੁਹਾਨੂੰ ਰਕਮ ਪਾ ਦਿੰਨਾ ਕਰਨਾ ਤੁਸੀਂ ਆਪਣੇ ਆਪ ਆ ਸੌਖਾ ਸਵਾਲ ਆ ਕੋਈ ਔਖਾ ਨਹੀਂ ਹੈਗਾ ਅ ਏ ਇਹ ਨਾ ਸਮਝੋ ਵੀ ਮੈਂ ਸਰ ਛੱਡ ਦਿੰਦੇ ਆ ਇਹ ਵੀ ਹੁਣ ਅਸੀਂ ਕਿੱਥੋਂ ਕਰੀਏ ਨਾਲੇ ਵੀਡੀਓ ਵੀ ਦੇਖੀ ਦੀ ਕਿਉਂਕਿ ਕੁਝ ਸਵਾਲ ਆ ਜਿਹੜੇ ਤੁਹਾਨੂੰ ਆਪ ਕਰਨੇ ਚਾਹੀਦੇ ਆ ਜਿੰਨਾ ਕਰੋਗੇ ਉਨੀ ਪ੍ਰੈਕਟਿਸ ਹੋਊਗੀ ਸੌਖੇ ਹੀ ਸਵਾਲ ਆ ਦੱਸ ਦੂੰਗਾ ਤਰੀਕਾ ਕਰਨਾ ਤੁਸੀਂ ਆਪਣੇ ਆਪ ਆ 349 349 ਆਪ ਦੇ ਆਪ ਕਰਨਾ ਸਾਰਿਆਂ ਨੇ ਧਿਆਨ ਨਾਲ ਸੁਣ ਲਓ ਗੁਣਾ 51 ਗੁਣਾ 51 ਹਾਂਜੀ ਅੱਗੇ ਆ ਜੀ ਆਪਣੇ ਕੋਲੇ ਜਮਾ ਠੀਕ ਆ ਜੀ ਬ੍ਰੈਕਟ ਬ੍ਰੈਕਟ ਦੇ ਵਿੱਚ ਕੀ ਆ 632 632 ਭਾਗ 31 632 ਭਾਗ 31 ਇਸ ਤਰੀਕੇ ਦੇ ਨਾਲ ਤੁਸੀਂ ਇਹਨੂੰ ਜਿਹੜਾ ਹੈਗਾ ਕੀ ਕਰੋਗੇ ਇਹਦੇ ਵਿੱਚ ਆਪਾਂ ਨੂੰ ਪਤਾ ਬਾਰਡ ਮਾਸਟ ਦੇ ਬਾਰੇ ਸਾਰੇ ਜਾਣਦੇ ਆ ਬ੍ਰੈਕਟ ਪਹਿਲਾਂ ਹੱਲ ਹੋਊਗੀ ਠੀਕ ਆ ਬ੍ਰੈਕਟ ਦੇ ਵਿੱਚ ਭਾਗ ਆ ਆਟੋਮੈਟਿਕਲੀ ਹੱਲ ਹੋਣਾ ਫਿਰ ਗੁਣਾ ਹੱਲ ਹੋਣੀ ਆ ਉਸ ਤੋਂ ਬਾਅਦ ਇਹਨਾਂ ਨੂੰ ਜੋੜ ਤੁਸੀਂ ਕਰ ਦੋਗੇ ਜਿਹੜਾ ਉਹ ਉੱਤਰ ਆ ਜਾਊਗਾ ਤੁਹਾਡੇ ਕੋਲੇ ਅੱਗੇ ਆ ਜੀ ਕਹਿੰਦਾ ਹਾਂ ਅਗਲਾ ਸਵਾਲ ਜੇਕਰ x/25 196/x ਤਾਂ x ਦਾ ਮਾਣ ਪਤਾ ਕਰੋ ਦੇਖ ਲਓ ਜਿਹੜੇ ਬੱਚਿਆਂ ਨੇ ਇਸ ਤਰ੍ਹਾਂ ਦੇ ਸਵਾਲ ਆ ਜਿਹੜੇ ਹੈਗੇ ਕਰਨੇ x/25 x/ 25 ਹਾਂਜੀ ਅੱਗੇ ਹੈ ਜੀ ਆਪਣੇ ਕੋਲੇ ਬਰਾਬਰ 196/x ਹੁਣ ਕੀ ਆ ਤਾਂ x ਦਾ ਮਾਣ ਪਤਾ ਕਰੋ ਕਹਿੰਦਾ x ਦਾ ਮਾਣ ਪਤਾ ਕਰੋ ਠੀਕ ਹੈ ਜੀ ਤਾਂ ਆਪਾਂ x ਦਾ ਮਾਣ ਬਰਾਬਰ ਹੈ ਤਾਂ ਆਪਾਂ ਉਹਨੂੰ ਇਹ ਗੱਲ ਨੂੰ ਧਿਆਨ ਚ ਰੱਖ ਲੋ ਜਦੋਂ ਕੋਈ ਸੰਖਿਆ ਬਰਾਬਰ ਤੋਂ ਉਧਰ ਲੈ ਕੇ ਜਾਣੀ ਆ ਉਹ ਉਲਟ ਹੋ ਜਾਂਦੀ ਹੁੰਦੀ ਹੈ ਜੇ ਇੱਧਰ ਜੋੜਦੀ ਆ ਉਧਰ ਜਾ ਕੇ ਘਟਾਓ ਦੀ ਹੋ ਜਾਊ ਉਧਰੋਂ ਇੱਧਰ ਲਿਆਂਦੀ ਆ ਜੋੜ ਵਾਲੀ ਦੀ ਇੱਧਰ ਆ ਕੇ ਘਟਾਓ ਹੋ ਜਾਊਗੀ ਉਹ ਇੱਧਰ ਕੋਈ ਭਾਗ ਆ ਉਧਰ ਜਾ ਕੇ ਗੁਣਾ ਹੋ ਜਾਊਗੀ ਇੱਧਰ ਗੁਣਾ ਕੀ ਇੱਧਰ ਆ ਕੇ ਭਾਗ ਹੋ ਜਾਊਗੀ ਇਸ ਤਰ੍ਹਾਂ ਜੋੜ ਬਰਾਬਰ ਤੋਂ ਜਦੋਂ ਇੱਕ ਦੂਜੇ ਪਾਸੇ ਲੈ ਕੇ ਜਾਂਦੇ ਆ ਸੰਖਿਆਵਾਂ ਨੂੰ ਇਹ ਗੱਲ ਦਾ ਧਿਆਨ ਰੱਖਣਾਗਾ ਵੀ ਸੰਖਿਆਵਾਂ ਜਿਹੜੀਆਂ ਹੁੰਦੀਆਂ ਉਹਨਾਂ ਦੇ ਵਿੱਚ ਜੇ ਇੱਧਰ ਜੋੜਦੀ ਹੈ ਇੱਧਰ ਘਟਾਓ ਦੀ ਹੋਏਣੀ ਇੱ ਜੋੜ ਦੀ ਹੋਈ ਨਹੀਂ ਕਰਦੇ ਆ ਇਹਨੂੰ ਹੱਲ ਆਪਾਂ ਹੁਣ 25 ਇਹਦੇ ਨਾਲ ਭਾਗ ਹੋਇਆ ਇੱਧਰ ਆ ਕੇ ਗੁਣਾ ਹੋ ਜਾਣਗੇ x ਦੇ ਨਾਲ ਇੱਧਰ ਭਾਗ ਹੋਈ x ਇੱਧਰ ਆ ਕੇ ਗੁਣਾ ਹੋ ਜਾਊ x ਗੁਣਾ x ਬਰਾਬਰ 196 ਗੁਣਾ 25 ਠੀਕ ਹੈ ਜੀ ਹੁਣ 196 ਗੁਣਾ 25 ਸਾਡੇ ਕੋਲੇ ਇਹਨਾਂ ਦਾ ਉੱਤਰ ਜਿਹੜਾ ਹੈਗਾ ਉਹ ਕਿਹੜੇ ਤਰੀਕੇ ਦੇ ਨਾਲ ਅਸੀਂ ਕੱਢਦੇ ਆ ਉਹ ਸਾਡੇ ਕੋਲੇ ਦੋ ਸੰਖਿਆਵਾਂ ਆ ਜਿਹੜੀਆਂ ਹੋਊਗੀਆਂ ਉਹ ਹੋਣੀਆਂ ਚਾਹੀਦੀਆਂ ਇਹਦਾ ਵੀ ਜਿਹੜਾ ਹੈਗਾ ਮਾਣ 196 ਦਾ ਵੀ ਕੱਢ ਲਓ 14 ਨੂੰ 14 ਨਾ ਕਰੀਏ 196 ਬਣ ਜਾਂਦੇ ਮਨ ਲਾਦਾ 14 14 14 ਚੌਕ 56 ਫਹੀ 14 ਤੇ 42 ਚੌਕ 56 56 ਦਾ ਲੱਗ ਗਿਆ 6 ਦਾ 5 ਹਾਂਸਾ ਲ 14 ਦੇ ਜਾਂ ਹਾਂ 1 ਇਹਦਾ ਮਤਲਬ ਇਹਦਾ ਮਾਣ ਆ ਗਿਆ ਆਪਣੇ ਕੋਲੇ 14 14 ਇਹਦਾ ਆ ਗਿਆ 25 5 5 ਠੀਕ ਆ ਜੀ 14 ਤੇ 5 19 ਇਹਦਾ ਮਤਲਬ ਦੋਨਾਂ ਦਾ ਕਿੰਨਾ ਆ ਗਿਆ 14 14 ਪੰਜ ਜ ਦੋਨਾਂ ਨੂੰ ਜੋੜ ਕੇ ਦੇਖੀਏ ਕਿੰਨਾ ਬਣ ਜੂਗਾ ਇਹ 14 1 ਨੂੰ ਦੋਨਾਂ ਦੇ ਝੋਟੇ ਬਣਾ ਲੈਨੇ ਆਪਾਂ ਦੋ ਦੋ ਜੋੜ ਦਿੰਨੇ ਆ ਠੀਕ ਆ ਉਕੋ ਜਿਹਾ ਬਣ ਜੂਗਾ 70 70 14 14 1 ਹੋ ਗਏ ਤੇ 5 ਆ ਹੋ ਗਏ 14 ਤੇ 5 19 19 ਜਿਵੇਂ ਆਪਾਂ 196 ਦਾ ਕੱਟ ਕੇ ਦੇਖਦੇ ਆ 70 196 ਨੂੰ 25 ਨਾਲ ਕਰਕੇ ਦੇਖਦੇ ਆ 196 ਨੂੰ ਕਰੀਏ ਆਪਾਂ 25 ਦੇ ਨਾਲ

4900 ਜਿਹੜਾ ਹੈਗਾ ਕਿੰਨਾ ਦੋਨਾਂ ਨੂੰ ਗੁਣਾ ਕਰਨ ਤੇ ਆਉਂਦਾ ਤੇ 14 ਆ ਸੀਗੇ 14 5 ਕਿੰਨੇ ਹੁੰਦੇ 70 70 ਨੂੰ 70 ਦੇ ਨਾਲ ਕਰਨ ਦੇ ਉੱਤੇ 4900 ਆਉਂਦਾ ਹੈਗਾ ਆਪਣੇ ਕੋਲੇ ਇਸ ਕਰਕੇ x ਦੀ ਵੈਲਿਊ ਕਿੰਨੀ ਆ ਗਈ ਆਪਣੇ ਕੋਲੇ 70 ਆ ਗਈ ਕਿਉਂਕਿ x x ਆ ਜਿਹੜਾ ਤੋਂ ਇਹੋ ਜਿਹੀਆਂ ਸੰਖਿਆਵਾਂ ਹੋਣ ਇਹਨਾਂ ਦਾ ਗੁਣਾ ਜਿਹੜੀ ਹੈਗੀ ਇਹਦੇ ਬਰਾਬਰ ਆ ਜੇ ਇਹਦਾ ਮਤਲਬ ਇਹ ਤਾਂ ਕਿੰਨਾ ਆ ਗਿਆ 70 ਆ ਗਿਆ ਜਦੋਂ 196 ਨੂੰ 25 ਨਾਲ 25 ਨਾਲ ਗੁਣਾ ਕਰਦੇ ਆ 4900 ਬਣ ਜਾਂਦਾ 4900 ਹੁੰਦਾ ਜਿਹੜਾ 70 ਨੂੰ 70 ਨਾਲ ਗੁਣਾ ਕਰਨ ਦੇ ਉੱਤੇ 4900 ਬਣਦਾਗਾ ਇਸ ਕਰਕੇ x ਦੀ ਵੈਲਿਊ ਕਿੰਨੀ ਆ ਗਈ ਆਪਣੇ ਕੋਲੇ ਅ 70 ਆ ਗਈ ਠੀਕ ਹੈ ਜੀ ਅੱਗੇ ਆ ਜੀ ਆਪਣੇ ਕੋਲੇ ਇਹ ਵੀ ਸੌਖਾ ਹੀ ਸਵਾਲ ਆ ਇਹ ਇਸ ਦੇ ਸਵਾਲ ਨੂੰ ਮੈਂ ਕਰ ਦਿੰਨਾ ਤੁਹਾਡੇ ਕੋਲੇ ਤੇ ਤੁਸੀਂ ਆਪਣੇ ਆਪ ਇਹਨੂੰ ਹੱਲ ਕਰਨਾਗਾ ਕਿਵੇਂ ਕਰਨਾ ਤੁਸੀਂ ਦੇਖ ਲਓ ਤੇ ਇਹ ਸੈੱਟ ਵੀ ਆਪਣਾ ਕੰਪਲੀਟ ਹੋ ਗਿਆ ਇਸ ਤਰੀਕੇ ਨਾਲ ਕੰਪਲੀਟ ਤੋਂ ਬਾਅਦ ਅੱਗੇ ਚੱਲਦੇ ਆਪਾਂ ਅਗੇ ਜਿਹੜਾ ਹੈਗਾ ਇਸ ਇਹ ਸਾਰਾ ਸੈੱਟ ਕੰਪਲੀਟ ਕਰ ਲਿਓ ਆਪਦੇ ਆਪ ਦੇ ਸਾਰੇ ਬੱਚੇ ਕਿਉਂਕਿ ਬਹੁਤ ਜ਼ਿਆਦਾ ਇੰਪੋਰਟੈਂਟ ਆ ਜਿਹੜੇ ਮੈਂ ਸੈੱਟ ਤੁਹਾਨੂੰ ਕਰਾ ਰਿਆਗਾ ਇਹਨਾਂ ਸੈਟਾਂ ਦੇ ਰਾਹੀਂ ਤੁਸੀਂ ਹਰੇਕ ਸਮੱਸਿਆ ਜਿਹੜੀ ਉਹ ਹੱਲ ਕਰ ਲੋਗੇ ਕੀ ਆ ਆਪਣੇ ਕੋਲੇ ਆਪਣੇ ਕੋਲੇ ਉਹਨੇ ਦਿੱਤਾ 3 ਇਦੋਂ ਬ੍ਰੈਕਟ ਸ਼ੁਰੂ ਕੀਤੀ ਵੀ ਉਹਨੇ 13 13 ਜਮਾ 13 ਜਮਾ 6 13 ਜਮਾ 6 ਅੱਗੇ ਦਿੱਤਾ ਵਿਆ ਗੁਣਾ 7 ਗੁਣਾ 7 ਅੱਗੇ ਦਿੱਤਾ ਵਿਆ ਭਾਗ ਕਨਫਿਊਜ਼ ਕਰ ਰਿਹਾ ਹਾਂ ਇਸ ਕਰਕੇ ਕਨਫਿਊਜ਼ ਨਹੀਂ ਹੋਣਾ ਕਿਸੇ ਬੱਚੇ ਨੇ 11 ਗੁਣਾ 3 ਠੀਕ ਹੈ ਜੀ ਅੱਗੇ ਹੈ ਜੀ ਆਪਣੇ ਕੋਲੇ 12 ਘਟਾਓ 4 ਗੁਣਾ 2 ਅੱਗੇ ਹੈ ਜੀ ਆਪਣੇ ਕੋਲੇ ਘਟਾਓ ਕੀ ਕੀਤਾ ਵਿਆ ਉਹਨੇ 12 ਠੀਕ ਹੈ ਜੀ ਘਟਾਓ 4 ਗੁਣਾ ਦੋ ਇਸ ਤਰ੍ਹਾਂ ਆਪਾਂ ਨੂੰ ਪਤਾ ਬਾਰਡ ਮਾਸ ਦੇ ਹਿਸਾਬ ਦੇ ਨਾਲ ਅਸੀਂ ਬ੍ਰੈਕਟ ਹੱਲ ਕਰਨੀ ਹੈ ਪਹਿਲਾਂ ਬ੍ਰੈਕਟ ਦੇ ਵਿੱਚ ਵੀ ਉਸੇ ਤਰ੍ਹਾਂ ਹੀ ਲਾਗੂ ਹੁੰਦਾ ਰੂਲ ਪਹਿਲਾਂ ਇੱਥੇ ਗੁਣਾ ਤਾਂ ਗੁਣਾ ਪਹਿਲਾਂ ਹੱਲ ਕਰਾਂਗੇ ਬਾਕੀ ਦੂਜਾ ਕਰਨਾ ਹੁੰਦਾ ਠੀਕ ਹੈ ਇੱਥੇ ਪਹਿਲਾਂ ਗੁਣਾ ਨੂੰ ਹੱਲ ਕਰ ਲਿਓ ਪਹਿਲਾਂ ਆਨ ਹੱਲ ਕਰਨ ਲੱਗ ਜਿਓ ਗੁਣਾ ਕਰਨ ਤੋਂ ਹੱਲ ਤੇ ਬਾਅਦ ਕਰਨ ਤੋਂ ਬਾਅਦ ਕੀ ਕਰੋਗੇ ਤੁਸੀਂ ਇਹਨੂੰ 13 ਦੇ ਵਿੱਚ ਭਾਗ ਕਰ ਦੇਣਾ 13 ਜੋੜ ਦੇਣੇ ਵਿੱਚ ਸੌਰੀ ਜੋੜ ਦੇਣੇ ਹੈ ਵਿੱਚ ਜਿੰਨਾ ਉੱਤਰ ਆਊਗਾ ਸਤ ਤੁਸੀਂ 42 42 ਦੇ ਵਿੱਚ 13 ਜੋੜ ਦੋਗੇ ਠੀਕ ਹੈ 11 3 33 ਆ ਜਾਊਗਾ ਇਹਦੇ ਵਿੱਚ ਕੀ ਕਰੋਗੇ ਗੁਣਾ ਪਹਿਲਾਂ ਹੱਲ ਕਰਨੀ 4 8 12 ਦੇ ਵਿੱਚੋਂ 8 ਘਟਾਇਆ ਤਾਂ 4 ਬਚ ਜੂਗਾ ਤੁਹਾਡੇ ਕੋਲ ਆਪਾਂ ਕਰ ਲੈਨੇ ਹਾਂ ਹਲ ਵੇਲੇ 3 ਦੇ ਵਿੱਚੋਂ ਇੱਥੇ ਕਿੰਨਾ ਮੈਂ 13 ਸੀਗੇ 7 6 42 42 ਤੇ 13 ਕਿੰਨੇ ਹੁੰਦੇ ਆ 42 ਤੇ 13 3 ਤੇ 2 5 4 ਤੇ 1 5 55 55 ਅੱਗੇ ਆ ਜੀ ਭਾਗ 11 3 33 ਠੀਕ ਆ ਜੀ ਇਹਨੂੰ ਅੱਗੇ ਕਿੰਨੇ ਇਹ ਬਚ ਗਏ 12 ਦੇ ਵਿੱਚੋਂ 4 2 8 ਘਟਾਇਆ ਤੱਕ ਬਣ ਕੇ ਇਹ ਘਟਾਓ ਅ 4 ਠੀਕ ਆ ਹੁਣ ਕੀ ਕਰਾਂਗੇ ਆਪਾਂ ਇਹਨੂੰ ਹੱਲ ਕਰ ਲਾਂਗੇ 55 ਨੂੰ ਕੀਤੀ 3 ਦੇ ਨਾਲ ਆਪਾਂ ਗੁਣਾ ਕੀਤੀ ਜਦੋਂ ਕਿੰਨਾ ਬਣ ਗਿਆ ਇਹ 55 ਗੁਣਾ 3 ਠੀਕ ਹੈ ਜੀ 165 ਬਣੂਗਾ 5 3 15 ਇੱਕ ਹਸਲ 5 3 15 ਤੇ ਇੱਕ 16 165 165 ਭਾਗ 33 ਘਟਾਓ 4 ਜਿੰਨਾ ਵੀ ਹੱਲ ਕਰਕੇ ਉੱਤਰ ਆ ਗਿਆ ਤੁਹਾਡੇ ਇਸ ਤਰੀਕੇ ਨਾਲ ਇਹਨੂੰ ਹੱਲ ਕਰ ਸਕਦੇ ਆ ਤੁਸੀਂ ਦਿੱਤਾ ਗਿਆ ਹੈ ਕਿ 154 ਗੁਣਾ 18 2772 ਹੈ ਤਾ ਇਹਦਾ ਮੁੱਲ ਜਿਹੜਾ ਹੈਗਾ ਕਿੰਨਾ ਆਊਗਾ ਇਹ ਤੁਸੀਂ ਆਪ ਦੇ ਆਪ ਦੱਸਣਾ ਹੈ ਸੋ ਇਹਦੇ ਲਈ ਕੀ ਕਰਦੇ ਆਪਾਂ ਇਹ ਸਵਾਲ ਨੂੰ ਮੈਂ ਤੁਹਾਨੂੰ ਦੱਸ ਦਿੰਨਾ ਤੇ ਕਰ ਤੁਸੀਂ ਆਪ ਵੀ ਸਕਦੇ ਆ ਪਰ ਆਪਾਂ ਇਹਨੂੰ ਇੱਥੇ ਵੀ ਹੱਲ ਕਰ ਲਵਾਂਗੇ ਠੀਕ ਹੈ ਜੀ ਕਿਵੇਂ ਹੱਲ ਕਰਦੇ ਆ ਉਹ ਤੁਹਾਡੇ ਕੋਲ ਮੈਂ ਸਾਂਝਾ ਕਰਦਾ ਤੁਹਾਡੇ ਨਾਲ ਕੀ ਕਰਾਂਗੇ ਆਪਾਂ ਆਪਣੇ ਕੋਲੇ ਪਤਾ ਆਪਾਂ ਨੂੰ ਵੀ ਕੀ ਭਾਗ ਬੜੇ ਕੀ ਹੋਡੇ ਸਾਡੇ ਕੋਲੇ ਨੁਕਤਾ ਹੁੰਦਾਗਾ 153 ਕਹਿੰਦਾ 154 ਗੁਣਾ ਹੈ ਕੀ 18 ਗੁਣਾ ਹੈ ਕੀ 18 ਬਰਾਬਰ ਉੱਤਰ ਆਉਂਦਾ ਆਪਣੇ ਕੋਲੇ 2772 2772 ਠੀਕ ਆ ਉਹ ਕਹਿੰਦਾ ਇਹ ਇਹਦਾ ਮੁੱਲ ਇੰਨਾ ਆਉਂਦਾਗਾ ਤਾਂ ਇਹਦਾ ਕਿੰਨਾ ਹੋਊਗਾ 227.72 ਅੱਗੇ ਆ ਜੀ ਭਾਗ 1.8 ਠੀਕ ਆ ਜੀ ਹੁਣ ਆਪਾਂ ਵੀ ਇਹਨੂੰ ਇਸੇ ਤਰੀਕੇ ਨੇ ਕਰ ਲੈਣਾ ਗੁਣਾ ਹੋਇਆ ਤਾਂ ਇੱਧਰ ਜਾ ਕੇ ਇਹ ਭਾਗ ਹੋ ਜਾਊਗਾ ਇਹਨੂੰ ਆਪਾਂ ਇਸੇ ਤਰੀਕੇ ਦੇ ਨਾਲ ਹੀ ਇਹਨੂੰ ਹੱਲ ਕਰ ਲੈਣਾ ਵੀ ਤਾਂ ਉੱਤਰ ਕਿੰਨਾ ਬਣੂਗਾ ਠੀਕ ਆ ਜੀ ਆਪਾਂ 154 ਨੂੰ ਇੱਧਰ ਰੱਖ ਲੈਨੇ ਆ ਬਰਾਬਰ ਲੈ ਜਨੇ ਆ ਇਹਨੂੰ 2 7 7 2 ਭਾਗ 18 ਠੀਕ ਆ ਜੀ ਇੰਨੇ ਹੀ ਬਣ ਗਿਆ ਨਾ ਇਹ ਇਹਦਾ ਮਤਲਬ ਇਹਦਾ ਉੱਤਰ ਆਊਗਾ 154 154 ਦਸ਼ਮਲਵ ਕਿੱਥੇ ਲੱਗੂਗਾ ਇਹ ਦੇਖਣਾਗਾ ਆਪਾਂ ਦਸ਼ਮਲਵ ਵੇਲੇ ਆਪਾਂ ਨੂੰ ਪਤਾ ਫਾਰਮੂਲਾ ਆਪਾਂ ਨੂੰ ਸਿਸਟਮ ਪਤਾਗਾ ਇਹਦਾ ਉੱਤਰ ਤਾਂ 154 ਹੀ ਹੋਊਗਾ ਦਸ਼ਮਲਵ ਦਾ ਪਤਾ ਕਰਨਾ ਕਿੱਥੇ ਲੱਗੂਗਾ ਦੋ ਅੰਕ ਛੱਡ ਕੇ ਆਹ ਘਟਾਓ ਕਰ ਦਿਓ ਇਹਦੇ ਵਿੱਚ ਇੱਕ ਅੰਕ ਛੱਡ ਕੇ ਦੋਆਂ ਚੋਂ ਇੱਕ ਘਟਾਇਆ ਇਹਦਾ ਮਤਲਬ ਇੱਕ ਅੰਕ ਛੱਡ ਕੇ ਜਿਹੜਾ ਹੈਗਾ ਦਸ਼ਮਲਵ ਲੱਗੂਗਾ ਇਹਦਾ ਮਤਲਬ 15.4 ਉੱਤਰ ਆ ਜਿਹੜਾ ਇਹਦਾ ਉਹ ਆਊਗਾ ਇਸ ਤਰੀਕੇ ਦੇ ਨਾਲ ਸਾਰਾ ਸੈੱਟ ਆਪਣਾ ਕੰਪਲੀਟ ਹੁੰਦਾ ਹੈਗਾ ਬੱਚਿਓ ਸਾਰਿਆਂ ਨੇ ਇਹਨੂੰ ਦੁਬਾਰਾ ਤੋਂ ਦੁਬਾਰਾ ਰਿਪੀਟ ਕਰਕੇ ਇਹ ਪੰਜੇ ਸੈੱਟ ਜ਼ਰੂਰ ਕਰਕੇ ਜਾਣੇ ਆ ਜਿਨ੍ਹਾਂ ਦੇ ਵਿੱਚ ਮੈਂ ਸਪੈਸ਼ਲ ਜਿਹੜਾ ਹੈਗਾ ਹੈਡਲਾਈਨ ਲਿਖੀ ਵੀ ਆ ਇਹ 20 ਜਨਵਰੀ ਦੇ ਟੈਸਟ ਨੂੰ ਦੇਣ ਤੋਂ ਪਹਿਲਾਂ ਇਹ ਵੀਡੀਓ ਜ਼ਰੂਰ ਦੇਖ ਕੇ ਜਾਣੀਆ ਤੁਸੀਂ ਅ ਵੱਧ ਤੋਂ ਵੱਧ ਇਹ ਇੱਕ ਇੱਕ ਘੰਟੇ ਦੀ ਵੀਡੀਓ ਹੁੰਦੀ ਹੈ ਜਾਂ 40 ਮਿੰਟ ਦੀ ਵੀਡੀਓ ਬਣਦੀ ਹੈ ਉਸ ਤਰੀਕੇ ਨਾਲ ਇਹਨਾਂ ਹੋ ਵੀ ਛੱਡ ਕੇ ਤੁਸੀਂ ਮਿਸ ਕਰਕੇ ਚਲੇ ਜਾਓ ਇਹ ਸੀ ਅੱਜ ਦੀ ਵੀਡੀਓ ਤੇ ਫਿਰ ਤੁਹਾਨੂੰ ਜਿੰਨੇ ਵੀ ਤੁਹਾਡੇ ਦੋਸਤ ਮਿੱਤਰ ਪੰਜਵੀਂ ਕਲਾਸ 'ਚ ਪੜ੍ਹਦੇ ਆ ਜਾਂ ਜਿਨ੍ਹਾਂ ਨੇ ਨਵੋਦਿਆ ਦੇ ਭਰਿਆ ਵਾਜ ਇਹਨਾਂ ਨੇ ਮੈਥ ਸਿੱਖਣਾਗਾ ਉਹ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜੀਆਂ ਹੋਰ ਤੁਹਾਡੇ ਜਿਹੜੀਆਂ ਹੈਗੀਆਂ ਸਮੱਸਿਆਵਾਂ ਉਹ ਅੱਗੇ ਆਪਾਂ ਜਾਂ ਅੱਗੇ ਦੀ ਅੱਗੇ ਸੋਝਾਉਂਦੇ ਜਾਵਾਂਗੇ ਕਿਵੇਂ ਲੱਗ ਰਿਹਾ ਤੁਹਾਡੇ ਸਾਨੂੰ ਸਾਡੀਆਂ ਵੀਡੀਓ ਜਰੂਰ ਦੱਸਣਾ ਜੀ ਧੰਨਵਾਦ ਜੀ